ਅਗਰ ਪੰਜਾਬ ਸਰਕਾਰ ਦਿੱਲੀ ਦੀ ਝੋਲੀ ਚੱਕ ਬਣ ਸਾਡੇ ਕਿਸਾਨਾਂ ਨੂੰ ਰੋਕੇਗੀ, ਕਿਸਾਨਾਂ ਦੇ ਲਾਠੀ ਚਾਰਜ ਕਰੇਗੀ, ਕਿਸਾਨਾਂ ਨੂੰ ਗ੍ਰਿਫਤਾਰੀਆਂ ਕਰੇਗੀ, ਕੁਛ ਵੀ ਕਰੇਗੀ, ਤਾਂ ਪੰਜਾਬ ਸਰਕਾਰ ਨੂੰ ਇਹ ਬਹੁਤ ਮਹਿੰਗਾ ਪੈਸਾ। ਪੂਰੀ ਤਿਆਰੀ ਚ ਨਿਕਲੋਗੇ? ਮਜਬੂਰੀ ਆ ਨਾ ਜੀ, ਦੇਖੋ ਮਜਬੂਰੀ ਹੈ, ਅੱਜ ਸਰਕਾਰ ਹੈ, ਸਰਕਾਰ ਨੂੰ ਸਾਡਾ ਇਤਿਹਾਸ ਵੇਖਣਾ ਚਾਹੀਦਾ। ਸਾਡੇ ਮਾਣਯੋਗ ਮੁੱਖ ਮੰਤਰੀ ਜੀ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਵੀਡੀਓ ਕਾਲ ਲਾ ਕੇ ਉਹਨੂੰ ਦੇਖ ਰਹੇ ਨੇ ਕਿ ਮਤਲਬ ਕਿਵੇਂ ਕੁੱਟਿਆ ਜਾ ਰਿਹਾ ਭਾਈ। ਇੰਨਾ ਕੁਛ ਜੇ ਮੁੱਖ ਮੰਤਰੀ ਵੇਖ ਰਿਹਾ ਹੈ ਤਾਂ ਇਹਦਾ ਵੀ ਤਾਂ ਉਹ ਦੌਰ ਬਣਦਾ ਨਜ਼ਰ ਆ ਰਿਹਾ ਜਿਹੜਾ 84 ਵੇਲੇ ਰਿਹਾ। ਉਹਦੇ ਚ ਮੈਨੂੰ ਪੰਜਾਬ ਦੇ ਹਾਲਾਤ ਕੀ ਬਣਦੇ ਜਾ ਰਹੇ? ਦੇਖੋ ਲੱਗਦਾ ਕਿ ਆਏ ਦਿਨ ਇਹ ਖਬਰ ਮਿਲਦੀ ਹੈ ਫਲਾਣੀ ਥਾਂ ਤੇ ਐਨਕਾਊਂਟਰ ਕੋਈ ਮੁੰਡਾ ਚੱਕ ਲਿਆ, ਟਰੈਵਲ ਏਜੰਟਾਂ ਵੱਲੋਂ ਠੱਗੀ, ਪੰਜਾਬ ਨੂੰ ਲੁੱਟਿਆ ਵੀ ਜਾ ਰਿਹਾ ਤੇ ਪੰਜਾਬ ਦੀ ਨੌਜਵਾਨੀ ਨਸ਼ਿਆਂ ਚ ਹੋਵੇ ਜਾਂ ਕਿਸੇ ਵੀ ਤਰੀਕੇ ਬਰਬਾਦ ਕੀਤਾ ਜਾ ਰਿਹਾ। ਮੈਂ ਹੈਰਾਨ ਹਾਂ ਲੋਕਾਂ ਨੂੰ ਮੂਰਖ ਬਣਾਉਣ ਦੇ ਵਿੱਚ ਪੋਲੀਟੀਕਲ ਲੋਕ ਬਹੁਤ ਤੇਜ਼ ਹੁੰਦੇ ਨੇ। ਸਰਕਾਰ ਨੂੰ ਸਾਡਾ ਇਤਿਹਾਸ ਵੇਖਣਾ ਚਾਹੀਦਾ। ਜੇ ਇਹ ਸਰਕਾਰ ਸੋਚੇ ਨਾ ਵੀ ਇਹਨਾਂ ਨੂੰ ਬਾਰਡਰਾਂ ਦੇ ਪਿੱਛੇ ਬਿਠਾ ਕੇ ਹੀ ਮਸਲਾ ਹੱਲ ਅਸੀਂ ਕਰ ਲਾਂਗੇ, ਆਪਦਾ ਉੱਲੂ ਸਿੱਧਾ ਕਰ ਲਾਂਗੇ, ਉੱਲੂ ਸਿੱਧਾ ਨਹੀਂ ਹੋਣਾ। ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਆਪਣਾ ਜਗਮੀਤ ਸਿੰਘ ਖੱਪਿਆਂ ਲਈ ਗੱਲਬਾਤ ਕਰਾਂਗੇ ਕਿਸਾਨੀ ਅੰਦੋਲਨ ਦੇ ਬਾਰੇ। ਫਿਰ ਤੋਂ ਸ਼ੁਰੂ ਹੋਣ ਜਾ ਰਿਹਾ ਕਿਸਾਨ ਜਥੇਬੰਦੀ ਦੇ ਆਗੂ ਸਿੱਧੂਪੁਰ ਤੋਂ ਜਗਜੀਤ ਸਿੰਘ ਡੱਲੇਵਾਲ ਜੀ ਸਾਡੇ ਨਾਲ ਮੌਜੂਦ ਨੇ ਅਤੇ ਹੋਰ ਵੀ ਪੰਜਾਬ ਦੇ ਮੁੱਦਿਆਂ 'ਤੇ ਗੱਲਬਾਤ ਕਰਾਂਗੇ। ਇੱਕ ਨਵਾਂ ਚਰਚਾ ਦੇ ਵਿੱਚ ਭਾਨੇ ਸਿੱਧੂ ਵਾਲਾ ਮਸਲਾ ਹੈਗਾ, ਉਹਦੇ 'ਤੇ ਵੀ ਗੱਲਬਾਤ ਕਰਾਂਗੇ। ਸਵਾਗਤ ਹੈ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਡੱਲੇਵਾਲ ਸਾਹਿਬ, ਕਿਸਾਨੀ ਅੰਦੋਲਨ 'ਤੇ ਵੀ ਗੱਲਬਾਤ ਕਰਦੇ ਹਾਂ, 13 ਤਰੀਕ ਨੂੰ ਤੁਰ ਰਹੇ ਪੰਜਾਬ ਦੇ ਕਾਫਲੇ ਬਾਰੇ ਵੀ ਗੱਲਬਾਤ ਕਰਾਂਗੇ, ਪਰ ਇੱਕ ਜਿਹੜਾ ਨਵਾਂ ਚਰਚਾ ਚੱਲ ਰਹੀ ਹੈ ਕਿ ਪੰਜਾਬ ਦਾ ਨੌਜਵਾਨ ਕਹਿੰਦੇ ਕਿਸਾਨੀ ਦੀ ਗੱਲ ਕਰਦਾ ਸੀਗਾ ਜਾਂ ਉਸ ਇਲਾਕੇ ਨੂੰ ਐਵੇਂ ਲੱਗਦਾ ਕਿ ਸਾਡੇ ਹੱਕਾਂ ਦੀ ਗੱਲ ਕਰਦਾ ਸੀਗਾ, ਟਰੈਵਲ ਏਜੰਟਾਂ ਦੇ ਵੱਲ ਫਸੇ ਹੋਏ ਪੈਸਿਆਂ ਦੀ ਵੀ ਗੱਲ ਕੀਤੀ ਉਹਨੇ, 10,000 ਰਿਸ਼ਵਤ ਦੇ ਮਾਮਲੇ ਨੂੰ ਲੈ ਕੇ ਪੁਲਿਸ ਚੱਕ ਲੈਂਦੀ ਲੁਧਿਆਣੇ ਦੀ, ਲੱਖੇ ਸਿਧਾਣੇ ਨੇ ਖੁਲਾਸਾ ਕਰ ਦਿੱਤਾ ਕਿ ਉਹਦੀ ਕੁੱਟਮਾਰ ਭੈੜੀ ਕੀਤੀ ਗਈ ਹੈ, ਮੁੱਖ ਮੰਤਰੀ ਕਾਲ 'ਤੇ ਸਾਰਾ ਕੁਛ ਦੇਖ ਰਿਹਾ ਸੀ। ਦੇਖੋ ਸਭ ਤੋਂ ਪਹਿਲਾਂ ਤਾਂ ਜਗਮੀਤ ਜੋ ਮੈਨੂੰ ਲੱਗਦਾ ਇਸ ਗੱਲ ਦੇ ਵਿੱਚੋਂ ਕਿ ਜਿਹੜਾ ਟਰੈਵਲ ਏਜੰਟਾਂ ਵਾਲਾ ਹੈ ਨਾ, ਇਹ ਵੀ ਇੱਕ ਬਹੁਤ ਵੱਡਾ ਨੈਕਸਸ ਹੈ ਜੀ, ਜਿਹਦਾ ਮੈਨੂੰ ਲੱਗਦਾ ਪ੍ਰਸ਼ਾਸਨ ਪ੍ਰਸ਼ੂਸ਼ਨ ਦਾ ਉਹਨਾਂ ਦੇ ਨਾਲ ਮਤਲਬ ਅਕਸਰ ਐਡਜਸਟਮੈਂਟ ਹੁੰਦੀ ਹੈ, ਬਹੁਤ ਵਾਰੀ ਰੌਲੇ ਪੈਂਦੇ ਨੇ, ਪ੍ਰਸ਼ਾਸਨ ਹਮੇਸ਼ਾ ਟਰੈਵਲ ਏਜੰਟ ਵੱਲ ਨੂੰ ਮਤਲਬ ਭੁਗਤਣ ਨਜ਼ਰ ਆਉਂਦਾ, ਜਿਹੜੀ ਸੰਬੰਧਿਤ ਥਾਣੇ ਹੋਣੇ ਉੱਧਰ ਭੁਗਤ ਜਾਂਦੇ, ਉੱਧਰ ਭੁਗਤ ਜਾਂਦੇ ਹੁੰਦੇ। ਇਹਨਾਂ ਗੱਲਾਂ ਤੋਂ ਲੱਗਦਾ ਹੈ ਕਿ ਉਹ ਇੱਕ ਮਤਲਬ ਨੈਕਸਸ ਫਿੱਟ ਕਰੀ ਬੈਠੇ ਨੇ, ਉਹ ਉਹਦੇ ਤੋਂ ਜ਼ਰੂਰ ਸ਼ੱਕੀ ਆ ਗੱਲ। ਅਗਲੀ ਗੱਲ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਲੱਖੇ ਸਿਧਾਣੇ ਨੇ ਵੀਡੀਓ ਦੇ ਉੱਤੇ ਬੋਲਿਆ ਕਿ ਉਹਦੇ ਉਹਨੂੰ ਮਤਲਬ ਕੱਪੜੇ ਉਤਾਰ ਕੇ ਉਹਨੂੰ ਟੋਰਚਰ ਕੀਤਾ ਗਿਆ, ਮੈਨੂੰ ਲੱਗਦਾ ਇਹ ਪੁਲਿਸ ਵਾਸਤੇ ਇਹ ਬਹੁਤ ਮਹਿੰਗੀ ਗੱਲ ਪੈ ਸਕਦੀ ਹੈ ਜੀ, ਕਿਉਂਕਿ ਕਿਸੇ ਵੀ ਬੰਦੇ ਨੂੰ ਇਸ ਤਰ੍ਹਾਂ ਟੋਰਚ ਕਰਨਾ ਅਗਰ ਕੀਤਾ, ਅਗਰ ਇਹ ਲੱਖੇ ਦੀ ਗੱਲ ਬਿਲਕੁਲ ਸੱਚੀ ਹੈ ਤਾਂ ਮੈਂ ਕਹੂੰਗਾ ਅਤਿ ਨਿੰਦਣਯੋਗ ਕਾਰਵਾਈ ਕੀਤੀ ਹੈ, ਔਰ ਇਹ ਮਨੁੱਖੀ ਅਧਿਕਾਰਾਂ ਦਾ ਹਾਨਣ ਹੈ ਜਿਹੜਾ ਕਰਨਾ ਨਹੀਂ ਬਣਦਾ ਸੀ। ਦੇਖੋ ਜੇ ਕਿਸੇ ਬੰਦੇ ਨੇ ਗੁਨਾਹ ਕੀਤਾ ਹੈ ਤੂੰ ਅਗਲੇ ਨੇ ਤੱਥ ਦੇ ਉੱਤੇ ਪੇਸ਼ ਸਬੂਤ ਪੇਸ਼ ਕਰਦੇ, ਉਹਨਾਂ ਸਬੂਤਾਂ ਦੇ ਆਧਾਰ 'ਤੇ ਤੁਸੀਂ ਪਰਚਾ ਦਰਜ ਕਰਨਾ, ਕਾਰਵਾਈ ਕਰੋ, ਅਗਲੇ ਨੂੰ ਜੇਲ੍ਹ ਭੇਜੋ। ਉਹਨੂੰ ਕੁੱਟਣ ਵਾਲੀ ਮਾਰਨ ਵਾਲੀ ਤਾਂ ਗੱਲ ਹੀ ਕੋਈ ਨਹੀਂ ਸੀ ਨਾ, ਕੁੱਟਣ ਮਾਰਨ ਵਾਲੀ ਤਾਂ ਗੱਲ ਹੀ ਕੋਈ ਨਹੀਂ ਸੀ, ਅਗਲਾ ਪੇਸ਼ ਕਰੇ, ਤੱਥ ਪੇਸ਼ ਕਰੇ, ਉਹ ਸਾਬਤ ਕਰੇ ਕਿ ਭਾਈ ਇਹ ਬੰਦੇ ਨੇ ਮੇਰੇ ਨਾਲ ਮੇਰੇ ਕੋਲੋਂ ਐਕਸਟੋਰਸ਼ਨ ਮੰਗੀ ਹੈ, ਕੀ ਕੀਤਾ, ਉਹ ਸਾਬਤ ਉਹਨੇ ਕਰਨਾ ਨਾ, ਕਿਉਂਕਿ ਬਹੁਤ ਸਾਰੇ ਚੈਨਲ ਵੀ ਸਰਕਾਰੀ ਹੈਗੇ ਨੇ, ਉਹਨਾਂ ਦੀ ਗੱਲ ਉਹਨਾਂ ਥਾਨੀ ਕਲੀਅਰ ਕਰਦੇ ਨੇ ਵੀ ਆਹ ਚੱਕਣ ਸਬੂਤ ਬਈ ਲਓ। ਹਾਂ ਉਹੀ ਗੱਲ, ਲੋਕਾਂ ਨੂੰ ਕਹਿੰਦੇ ਨੇ ਵੀ ਠੰਡੇ ਰਹੋ ਭਾਈ ਵੀ ਆਹ ਸਬੂਤ ਨੇ ਦੇਖ ਲਓ। ਇਹੀ ਗੱਲ ਹੈ, ਮੈਂ ਅੱਗੇ ਵੀ ਗੱਲ ਬਹੁਤ ਵਾਰੀ ਕਰਦਾ ਹੁੰਦਾ, ਪਹਿਲਾਂ ਕੀ ਹੁੰਦਾ ਸੀਗਾ, ਇਹਨਾਂ ਨੇ ਜਦੋਂ ਉਹ ਮੁੰਡਾ ਪਰਮਿੰਦਰ ਝੋਟਾ ਨਸ਼ਿਆਂ ਦੇ ਖਿਲਾਫ਼ ਲੜਨਾ ਸ਼ੁਰੂ ਕੀਤਾ ਉਹਨੇ, ਉਦੋਂ ਕੀ ਹੋਇਆ,
ਉਦੋਂ ਉਹਨੂੰ ਕਹਿੰਦੇ 400 ਰੁਪਈਆ ਸਾਡੇ ਗੱਲੇ ਚੋਂ ਕੱਢ ਕੇ ਲੈ ਗਿਆ, ਇਲਜ਼ਾਮ ਲਾਇਆ ਸੀ, ਇਲਜ਼ਾਮ ਲਾਇਆ ਸੀ। ਯਾਰ ਉਹਦੇ ਤੇ ਡਾਕੇ ਦਾ ਕੇਸ ਪਾਉਣ ਵਾਲੀ ਗੱਲ ਹੈ ਵੀ ਚਾਰ, ਉਹ ਯਾਰ ਜੇ ਬੰਦੇ ਨੇ ਡਾਕਾ ਮਾਰਨਾ ਹੈ ਤਾਂ ਉਹ ਡਾਕਾ 400 ਦਾ ਮਾਰੂਗਾ, ਜਾਂ ਜੇ ਭਾਨੇ ਨੇ ਐਕਸਟੋਰਸ਼ਨ ਮੰਗਿਆ ਹੈ ਕੋਈ ਗੱਲ ਹੈਗੀ ਹੈ ਤਾਂ ਫਿਰ ਭਾਨਾ 10,000 ਮੰਗੂ। ਇਹ ਗੱਲਾਂ ਮਤਲਬ ਮਨ ਘੱਟ ਤੇ ਬਣਾਈ ਹੋਈ ਇੱਕ ਖੇਡ ਲੱਗਦੀ, ਲੋਕਾਂ ਦੇ ਦਿਮਾਗ 'ਚ ਕਹਿਣ ਦਾ ਮਤਲਬ ਫਿੱਟ ਨਹੀਂ ਹੁੰਦੀਆਂ, ਨਹੀਂ ਹੋਣ ਵਾਲੀਆਂ ਹੀ ਨਹੀਂ ਜੀ, ਜਿਹੜੀਆਂ ਹੋਣ ਵਾਲੀਆਂ ਨਹੀਂ ਹੋਣਗੀਆਂ ਕਿਵੇਂ ਜੀ। ਤੋ ਇਹ ਕਿਤੇ ਨਾ ਕਿਤੇ ਮਤਲਬ ਸਰਕਾਰ ਨੂੰ ਇਹਦੇ 'ਤੇ ਸੋਚਣਾ ਚਾਹੀਦਾ, ਜਿਹੜੀ ਗੱਲ ਨਿਕਲ ਕੇ ਇਹ ਆ ਰਹੀ ਹੈ ਬਾਹਰ, ਜਾਂ ਜਿਸ ਤਰ੍ਹਾਂ ਦੀਆਂ ਅਫਵਾਹਾਂ ਨੇ, ਹਜੇ ਦੇਖੋ ਜਿੰਨਾ ਚਿਰ ਅਫਵਾਹਾਂ ਹੈ ਉਨਾ ਚਿਰ ਕੁਛ ਉਹਦੇ 'ਤੇ ਬੋਲਣਾ ਮਤਲਬ ਉੱਚਿਤ ਨਹੀਂ ਹੈ, ਕਲੀਅਰ ਕਰਨਾ। ਲੇਕਿਨ ਜੇਕਰ ਜਿਸ ਤਰ੍ਹਾਂ ਦੀ ਅਫਵਾਹਾਂ ਚੱਲ ਰਹੀਆਂ ਨੇ ਕਿ ਸਾਡੇ ਮਾਣਯੋਗ ਮੁੱਖ ਮੰਤਰੀ ਜੀ ਉਹਨੂੰ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਵੀਡੀਓ ਕਾਲ ਲਾ ਕੇ ਉਹਨੂੰ ਦੇਖ ਰਹੇ ਨੇ ਕਿ ਮਤਲਬ ਕਿਵੇਂ ਕੁੱਟਿਆ ਜਾ ਰਿਹਾ, ਤਾਂ ਵੀ ਉਹ ਤਾਂ ਮਤਲਬ ਜੇ ਉਹਨੂੰ ਕੁੱਟ ਰਹੇ ਨੇ, ਜਾਂ ਤਾਂ ਫਿਰ ਸਾਡੇ ਮਾਣਯੋਗ ਮੁੱਖ ਮੰਤਰੀ ਜੀ ਦੀ ਜ਼ਿੰਮੇਵਾਰੀ ਹੁਣ ਇਹ ਬਣਦੀ ਹੈ ਕਿ ਪੁਲਿਸ ਨੂੰ ਅਧਿਕਾਰ ਕਿਹੜੇ ਦੇਤਾ ਕੁੱਟਣ ਦਾ, ਉਸ ਕੋਲ ਤਾਂ ਕੋਈ ਰਾਈਟ ਹੀ ਨਹੀਂ ਕੁੱਟਣ ਦਾ ਨਾ, ਕਿਸੇ ਨੂੰ ਕੁੱਟਣ ਦਾ ਰਾਈਟ ਨਹੀਂ ਹੈ ਪੁਲਿਸ ਕੋਲ। ਅਤੇ ਜੇ ਪੁਲਿਸ ਕੁੱਟ ਰਹੀ ਹੈ ਤਾਂ ਕਾਰਵਾਈ ਤਾਂ ਪੁਲਿਸ ਦੇ ਖਿਲਾਫ਼ ਕਰਨੀ ਬਣਦੀ ਹੈ ਸਾਡੇ ਮਾਣਯੋਗ ਮੁੱਖ ਮੰਤਰੀ ਜੀ ਨੂੰ, ਜੇ ਉਹਨਾਂ ਨੇ ਵੇਖਿਆ ਤਾਂ। ਅਤੇ ਜੇ ਵੇਖ ਕੇ ਵੀ ਮਾਣਯੋਗ ਮੁੱਖ ਮੰਤਰੀ ਜੀ ਚੁੱਪ ਨੇ, ਫਿਰ ਕਿਤੇ ਨਾ ਕਿਤੇ ਮਾਣਯੋਗ ਮੁੱਖ ਮੰਤਰੀ ਜੀ ਦੇ ਉੱਤੇ ਵੀ ਮਤਲਬ ਉਂਗਲ ਉੱਠੇਗੀ ਕਿ ਭਾਈ ਇੰਨਾ ਕੁਛ ਜੇ ਮੁੱਖ ਮੰਤਰੀ ਵੇਖ ਰਿਹਾ ਹੈ ਤਾਂ ਇਹਦਾ ਤਾਂ ਉਹ ਦੌਰ ਬਣਦਾ ਨਜ਼ਰ ਆ ਰਿਹਾ ਜਿਹੜਾ ਜਿਹੜਾ 84 ਵੇਲੇ ਰਿਹਾ, ਕਿ ਐਡੀਆਂ ਐਡੀਆਂ ਪਦਵੀਆਂ 'ਤੇ ਬੈਠੇ ਆਦਮੀ ਜੇ ਕਰਦੇ ਨੇ, ਤਾਂ ਇਹ ਇਹ ਸਮਾਂ ਆਉਣ ਦੇ ਉੱਤੇ ਮਤਲਬ ਜਿਵੇਂ ਕਲੀਅਰ ਹੋਏਗੀ ਉਹਦੇ 'ਤੇ ਗੱਲ ਮਤਲਬ ਉਸ ਵੇਲੇ ਰੱਖੀ ਜਾ ਸਕਦੀ ਹੈ। ਲੇਕਿਨ ਜਿੰਨਾ ਕੁ ਹੁਣ ਗੱਲ ਬਾਹਰ ਆਈ ਹੈ ਉਹਦੇ 'ਚੋਂ ਮੈਨੂੰ ਪੰਜਾਬ ਦੇ ਹਾਲਾਤ ਕੀ ਬਣਦੇ ਜਾ ਰਹੇ ਨੇ, ਦੇਖੋ ਲੱਗਦਾ ਕਿ ਆਏ ਦਿਨ ਇਹ ਖਬਰ ਮਿਲਦੀ ਹੈ ਫਲਾਣੀ ਥਾਂ 'ਤੇ ਇਨਕਾਊਂਟਰ ਕੋਈ ਮੁੰਡਾ ਚੱਕ ਲਿਆ, ਟਰੈਵਲ ਏਜੰਟਾਂ ਵੱਲੋਂ ਠੱਗੀ, ਪੰਜਾਬ ਨੂੰ ਲੁੱਟਿਆ ਵੀ ਜਾ ਰਿਹਾ ਅਤੇ ਪੰਜਾਬ ਦੀ ਨੌਜਵਾਨੀ ਨਸ਼ਿਆਂ 'ਚ ਹੋਵੇ ਜਾਂ ਕਿਸੇ ਵੀ ਤਰੀਕੇ ਬਰਬਾਦ ਕੀਤਾ ਜਾ ਰਿਹਾ। ਦੇਖੋ ਜਿਹੜਾ ਜਿਹੜਾ ਨਸ਼ਿਆਂ ਦਾ ਕੰਮ ਹੁੰਦਾ ਨਾ ਜੀ, ਨਸ਼ਿਆਂ ਦਾ ਕੰਮ ਹੋਣਾ ਜਾਂ ਮਤਲਬ ਗੈਂਗਸਟਰ ਪੈਦਾ ਕਰਨੇ, ਇਹ ਕੋਈ ਭੁਲੇਖਾ ਨਹੀਂ ਗਾ ਕਿ ਸਰਕਾਰਾਂ ਦੀ ਸਰਪ੍ਰਸਤੀ ਤੋਂ ਬਿਨਾਂ ਇਹ ਕੁਛ ਚੱਲਦਾ ਨਹੀਂ ਹੁੰਦਾ ਜੀ, ਨਹੀਂ ਚੱਲ ਸਕਦਾ ਕੋਈ ਵੀ ਆਦਮੀ। ਅਗਰ ਉਹਨੂੰ ਪਹਿਲਾਂ ਤਾਂ ਪਣਪਣ ਦਾ ਮੌਕਾ ਦਿੱਤਾ ਜਾਂਦਾ, ਜਿਵੇਂ ਨੋਟ ਕਰਨ ਵਾਲੀ ਗੱਲ ਹੈ ਬੜੀ ਸੌਖੀ ਜੀ, ਜੇ ਸਮਝ ਨਹੀਂ ਹੋਵੇ ਤਾਂ, ਅਡਾਨੀਆਂ ਦੀ ਪੋਰਟ ਤੋਂ 30 ਕੁਇੰਟਲ ਹੀਰੋਇਨ ਫੜੀ ਜਾਂਦੀ ਹੈ। ਇੱਕ ਦਿਨ ਖਬਰ ਚੱਲੀ ਕਿ 30 ਕੁਇੰਟਲ ਹੀਰੋਇਨ ਫੜੀ ਗਈ, ਹੁਣ ਉਦੋਂ ਅੱਗੇ ਕੀ ਹੋਇਆ, ਉਸ ਕੇਸ 'ਤੇ ਕਾਰਵਾਈ ਹੋਈ, ਕਿਹਦੇ 'ਤੇ ਹੋਈ, ਕੀ ਕੀਤਾ, ਸਗੋਂ ਜਿਹੜੀਆਂ ਉਹਦੀਆਂ ਖਬਰਾਂ ਨਿਕਲ ਰਹੀਆਂ ਉਹ ਇਹ ਨਿਕਲ ਰਹੀਆਂ ਕਿ ਜਿਹੜੀ ਚੌਂਕੀ ਨੇ ਉਹ ਫੜਿਆ ਉਹ ਚੌਂਕੀ ਅਡਾਨੀਆਂ ਦੇ ਅੰਡਰ ਕਰਤੀ। ਅਤੇ ਜੇਕਰ ਇਹ ਹੈ ਤਾਂ ਇਹਦਾ ਮਤਲਬ ਸਿਸਟਮ ਕਿਤੇ ਨਾ ਕਿਤੇ ਕਾਰਪੋਰੇਟ ਲੋਕਾਂ ਦੇ ਮਤਲਬ ਕਬਜ਼ੇ 'ਚ ਹੋ ਚੁੱਕਿਆ, ਸਰਕਾਰਾਂ ਸਾਰੀਆਂ ਉਹਨਾਂ ਵੱਲ ਨੂੰ ਮਤਲਬ ਚੁੱਕ ਕੇ ਚੱਲ ਰਹੀਆਂ ਨੇ ਜੀ। ਹੁਣ ਕਿਸਾਨੀ ਦਲ ਨੂੰ ਤੁਸੀਂ ਪਿੱਛੇ ਵੀ ਲਾ ਕੇ ਆਉਂਦਾ, ਸਾਰੇ ਕਿਸਾਨ ਵੀ ਨਾਲ ਸੀ, ਚਲੋ ਅਸੀਂ ਵੀ ਜਿੰਨੇ ਕੁ ਯੋਗੇ ਹੈਗੇ ਸੀ ਤੁਰੇ ਫਿਰੇ, ਹੁਣ ਫਿਰ ਇੱਕ ਕਿਸਾਨੀ ਅੰਦੋਲਨ ਪੰਜਾਬ ਤੋਂ ਨਿਕਲ ਰਿਹਾ, ਅਜਿਹੀਆਂ ਕਿਹੜੀਆਂ ਮੰਗਾਂ ਰਹਿ ਗਈਆਂ ਸੀਗੀਆਂ ਜੇ ਉਦੋਂ ਹੀ ਨਹੀਂ ਪੂਰੀਆਂ ਕਰਵਾ ਸਕੀ, ਜਾਂ ਹੁਣ ਕੀ ਗੱਲ ਬਾਕੀ ਹੈ? ਦੇਖੋ ਜਿਹੜੀਆਂ ਸਾਡੀਆਂ ਮੰਗਾਂ ਦੀ ਗੱਲ ਜੇ ਜਗਮੀਤ ਕਰੀਏ ਤਾਂ ਮੰਗਾਂ ਦੀ ਤਾਂ ਇਹ ਆ ਬੜੀ ਸਪਸ਼ਟ ਗੱਲ ਕਿ ਸਾਡੇ ਨਾਲ ਸਰਕਾਰ ਨੇ ਕਮਿਟਮੈਂਟ ਕੀਤੀ ਸੀਗੀ ਕਿ ਅਸੀਂ MSP ਦੀ ਗਰੰਟੀ ਦਾ ਕਾਨੂੰਨ ਦੇਵਾਂਗੇ, ਕਮਿਟਮੈਂਟ ਸੀਗੀ ਕਿ ਜਿਹੜੇ ਸਾਡੇ ਕਿਸਾਨਾਂ ਦੇ ਉੱਤੇ ਅੰਦੋਲਨ ਦੇ ਦੌਰਾਨ ਪੂਰੇ ਭਾਰਤ 'ਚ ਕੇਸ ਪਏ ਨੇ ਸਾਰੇ ਵਿਦਡਰਾਅ ਕਰਾਂਗੇ। ਇਹ ਵੀ ਕਮਿਟਮੈਂਟ ਸੀਗੀ ਕਿ ਲਖੀਮਪੁਰ ਖੀਰੀ ਦੇ ਜਿਹੜੇ ਸਾਡੇ ਸ਼ਹੀਦ ਹੋਏ ਕਿਸਾਨ ਅਤੇ ਇੱਕ ਪੱਤਰਕਾਰ ਉਹਨਾਂ ਨੂੰ ਇਨਸਾਫ ਦੇਵਾਂਗੇ। ਔਰ ਅੱਗੇ ਨਾਲ ਇਹ ਵੀ ਹੋਇਆ ਸੀਗਾ ਕਿ ਤਾਂ ਕਿ ਜਿਹੜੇ ਜਿਹੜਾ ਬਿਜਲੀ ਸੋਧ ਬਿੱਲ ਹੈ 2020 ਜਿਹੜਾ ਲੈ ਕੇ ਆ ਰਹੇ ਸੀ ਉਹਨੂੰ ਅਸੀਂ ਨਹੀਂ ਲੈ ਕੇ ਆਵਾਂਗੇ, ਸਟੇਕ ਹੋਲਡਰਸ ਦੇ ਨਾਲ ਗੱਲ ਕੀਤੇ ਬਿਨਾਂ ਉਹ ਨਹੀਂ ਲੈ ਕੇ ਆਵਾਂਗੇ।
ਪਰਾਲੀ ਨੂੰ ਸਾੜਨ ਵਾਲਾ ਜਾਂ ਪੋਲਿਊਸ਼ਨ ਐਕਟ ਦੇ ਅੰਡਰ ਜਿਹੜਾ ਕਿਸਾਨਾਂ ਨੂੰ ਸਜ਼ਾਵਾਂ ਹੁੰਦੀਆਂ ਉਹ ਅਸੀਂ ਬਾਹਰ ਕਰਨੇ ਸਾਰੀਆਂ ਮੰਨੀਆਂ ਨੇ ਸਾਡੇ ਨਾਲ, ਲੇਕਿਨ ਉਹਦੇ ਵਿੱਚ ਉਹ ਸਗੋਂ ਯੂ ਟਰਨ ਲੈ ਗਈ ਸਰਕਾਰ। ਤੁਸੀਂ ਦੇਖ ਰਹੇ ਹੋ ਪ੍ਰੀਪੇਡ ਮੀਟਰ ਲੱਗ ਰਹੇ ਨੇ ਔਰ ਬੜੇ ਧੱਕੇ ਨਾਲ ਲੱਗ ਰਹੇ ਨੇ, ਕਿਸਾਨਾਂ ਦੀ ਸਬਸਿਡੀ ਖਤਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਉਹ ਟੇਢੇ ਢੰਗ ਨਾਲ ਉਹਦਾ ਬਦਲਵੇਂ ਰੂਪ 'ਚ ਉਹੀ ਬਿਜਲੀ ਸੋਧ ਬਿੱਲ ਜਿਹੜਾ 2020 ਵਾਲਾ ਉਹਨੂੰ ਹੋਰ ਰੂਪ ਦੇ ਵਿੱਚ ਲਾਗੂ ਕਰਨ ਦੀ ਸਾਜ਼ਿਸ਼ ਰਚੀ ਗਈ, ਉਹ ਕੀਤਾ ਗਿਆ। ਫਿਰ ਤੁਸੀਂ ਦੇਖੋ ਸਾਡੇ ਨਾਲ ਇਹ ਵੀ ਕਮਿਟਮੈਂਟ ਸੀ ਸਰਕਾਰ ਦੀ, ਚੋਣਾਂ ਦੌਰਾਨ ਸਾਡੇ ਨਾਲ ਮਾਣਯੋਗ ਪ੍ਰਧਾਨ ਮੰਤਰੀ ਇਹ ਬੋਲਦੇ ਨੇ ਕਿ ਅਸੀਂ ਭਾਰਤ ਦੇ ਕਿਸਾਨਾਂ ਦਾ ਪਹਿਲੀ ਮੀਟਿੰਗ 'ਚ ਪਹਿਲੀ ਹੀ ਕਲਮ ਨਾਲ ਕਰਜ਼ ਮੁਕਤੀ ਕਰਾਂਗੇ, ਨਹੀਂ ਕੀਤਾ। ਇਹ ਵੀ ਕਿਹਾ ਚੋਣ ਮੈਨੀਫੈਸਟੋ 'ਚ ਕਿ ਅਸੀਂ ਕਿਸਾਨਾਂ ਨੂੰ ਘੱਟੋ ਘੱਟ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਅਨੁਸਾਰ ਉਹਨੂੰ ਲਾਗੂ ਕਰਾਂਗੇ, ਉਹਦੇ ਅਨੁਸਾਰ ਫਸਲ ਦਾ ਭਾਅ ਦੇਵਾਂਗੇ। ਇਹ ਵੀ ਉਹਨਾਂ ਦੇ ਚੋਣ ਮੈਨੀਫੈਸਟੋ ਦਾ ਹਿੱਸਾ ਹੈ, ਅੱਜ ਤੱਕ ਨਹੀਂ ਕੀਤਾ। ਈਵਨ ਇਹ ਵੀ ਕਿਹਾ ਗਿਆ ਕਿ ਭਾਰਤ WTO 'ਚੋਂ ਬਾਹਰ ਆਏਗਾ। ਇੱਥੋਂ ਤਿੱਕਰ ਕੇ ਜਦੋਂ ਦੂਜਿਆਂ ਦੀ ਸਰਕਾਰ ਸੀ ਉਦੋਂ ਇਹ BJP ਵਿਰੋਧ ਕਰਦੀ ਰਹੀ WTO 'ਚੋਂ ਭਾਰਤ ਬਾਹਰ ਆਵੇ, WTO 'ਚੋਂ ਭਾਰਤ ਬਾਹਰ ਆਵੇ। ਜਦੋਂ ਆਪ ਕਾਬਜੋਗੇ ਤੇ ਲਾਗੂ ਕਰਤਾ, ਉਹ ਸਗੋਂ ਲਾਗੂ ਕਰ ਰਹੇ ਨੇ, ਐਜ਼ ਇਟ ਇਜ਼ ਲਾਗੂ ਕਰ ਰਹੇ ਨੇ। ਦੇਖੋ WTO, ਮੈਂ ਹੈਰਾਨ ਹਾਂ ਲੋਕਾਂ ਨੂੰ ਮੂਰਖ ਬਣਾਉਣ ਦੇ ਵਿੱਚ ਪੋਲੀਟੀਕਲ ਲੋਕ ਬਹੁਤ ਤੇਜ਼ ਹੁੰਦੇ ਨੇ। WTO ਦਾ ਹਿੱਸਾ ਹੈ ਕਿ ਇੱਥੇ ਵੱਡੀ ਫਾਰਮਿੰਗ, ਵੱਡੇ ਵੱਡੇ ਫਾਰਮ ਤਿਆਰ ਕਰਨੇ ਆ। ਸਾਡੀ ਐਗਰੀਕਲਚਰ ਪੋਲਿਸੀ ਜਿਹੜੀ ਸਨ 2000 ਦੀ ਭਾਰਤ ਸਰਕਾਰ ਦੀ, ਜਿਹੜੀ ਦੇ ਵਿੱਚ ਉਹ ਮੈਨਸ਼ਨ ਕੀਤੀ ਆ ਗੱਲ ਕਿ ਇੱਥੇ ਵੱਡੇ ਫਾਰਮ ਤਿਆਰ ਕਰਨੇ ਆ, ਔਰ ਉਹ ਸਾਡੀ ਸਰਕਾਰ ਲੋਕਾਂ ਨੂੰ ਇੱਥੇ ਅੱਗੇ ਜਾ ਕੇ ਕਹਿ ਰਹੀ ਹੈ WTO 'ਚੋਂ ਭਾਰਤ ਬਾਹਰ ਆਵੇ। ਤਾਂ ਇਹਦਾ ਮਤਲਬ ਇਹ ਨਿਕਲਦਾ ਕਿ ਲੋਕਾਂ ਨੂੰ ਸਿਰਫ ਜਦੋਂ ਸੱਤਾ ਤੋਂ ਬਾਹਰ ਨੇ ਉਦੋਂ ਕਹਿਣ ਵਾਸਤੇ ਗੱਲਾਂ ਬਹੁਤ ਨੇ। ਇਹ ਜਿਸ ਵੇਲੇ ਮਾਣਯੋਗ ਪ੍ਰਧਾਨ ਮੰਤਰੀ ਜੀ ਜਦੋਂ ਜਿਸ ਵੇਲੇ ਗੁਜਰਾਤ ਦੇ ਮੁੱਖ ਮੰਤਰੀ ਸੀ, ਉਸ ਵੇਲੇ ਇਹਨਾਂ ਨੇ ਇੱਕ ਚਿੱਠੀ ਲਿਖੀ ਸੀ ਡਾਕਟਰ ਮਨਮੋਹਨ ਸਿੰਘ ਜੀ ਨੇ ਜੀ, ਉਹਦੇ 'ਚ ਇਹ ਕਿਹਾ ਸੀ ਇਹਨਾਂ ਨੇ ਕਿ MSP ਕੇਵਲ ਅਨਾਊਂਸ ਕਰਨ ਨਾਲ ਜਾਂ MSP ਦੇ ਐਲਾਨਣ ਨਾਲ ਗੱਲ ਨਹੀਂ ਬਣਨੀ, MSP ਦੇ ਉੱਤੇ ਕਿਸਾਨ ਦੀ ਫਸਲ ਵਿਕੇ ਉਹਦੀ ਗਰੰਟੀ ਦਾ, ਵਿਕਣ ਦੀ ਗਰੰਟੀ ਦਾ ਕਾਨੂੰਨ ਚਾਹੀਦਾ। ਇਹਦੀ ਆਪਦੀ ਰਿਪੋਰਟ ਹੈ। ਖਾਲਿਸਤਾਨੀ ਨੇ, ਦੇਸ਼ ਧਰੋਹੀ ਨੇ, ਦੇਸ਼ ਵਿਰੋਧੀ ਨੇ, ਇਹ ਗੁੰਡੇ ਨੇ, ਮਵਾਲੀ ਨੇ, ਜੋ ਜੋ ਨਿਕਲਿਆ ਮੂੰਹ ਕੱਢਿਆ। ਸੋ ਉਹ ਸਾਰੀਆਂ ਜਿਹੜੀਆਂ ਮੰਗਾਂ ਰਹਿੰਦੀਆਂ ਸੀ ਨਾ ਜਗਮੀਤ, ਉਹਨਾਂ ਮੰਗਾਂ ਨੂੰ ਲੈ ਕੇ ਅਸੀਂ ਦਿੱਲੀ ਵੱਲ ਜਾਣ ਦੀ ਤਿਆਰੀ ਕੀਤੀ ਹੈ। ਇੱਕ ਉਹਦੇ ਵਿੱਚ ਵੀ ਤੁਸੀਂ ਦੇਖਿਆ ਹੋਊਗਾ ਗੱਲ ਨਵੀਂ ਆਈ ਸੀ ਜਿਹੜੀ ਇਹਨਾਂ ਨੇ ਕਿਸੇ ਚੈਨਲਾਂ ਨੇ ਵੀ ਉਹਨੂੰ ਚੱਕਿਆ ਨਹੀਂ ਬਹੁਤਾ ਉਸ ਗੱਲ ਨੂੰ, ਔਰ ਉਹ ਬੜੀ ਵੱਡੀ ਗੱਲ ਹੈ। ਉਹ ਇਹਨਾਂ ਨੇ ਕਣਕ ਤੋਂ ਇੰਪੋਰਟ ਡਿਊਟੀ ਖਤਮ ਕਰਨ ਦੀ ਗੱਲ ਕੀਤੀ ਹੈ। ਪਹਿਲਾਂ ਤਾਂ ਇਹ ਸੀ ਗੱਲ ਕਿ ਕਣਕ ਤੋਂ ਇੰਪੋਰਟ ਡਿਊਟੀ ਖਤਮ ਕਰਾਂਗੇ, ਜਿਹੜੀ ਕਿ 40% ਇੰਪੋਰਟ ਡਿਊਟੀ ਹੈ। ਅਗਰ ਉਹ ਇੰਪੋਰਟ ਡਿਊਟੀ 40% ਉਹ ਲੱਗਦੀ ਹੁੰਦੀ ਹੈ ਕਿ ਸਾਡੇ ਦੇਸ਼ ਦੇ ਕਿਸਾਨ ਦੀ ਕਣਕ ਜਿਹੜੇ ਰੇਟ ਦੇ ਉੱਤੇ ਵਿਕਦੀ ਹੈ, ਜਿਹੜਾ ਉਹਨੂੰ ਰੇਟ ਦਿੱਤਾ ਹੈ, ਬਾਹਰ ਤੋਂ ਆਉਣ ਵਾਲੀ ਕਣਕ ਨੂੰ ਉਹਦੇ ਰੇਟ ਦੇ ਬਰਾਬਰ ਜਾਂ ਉਹ ਤੋਂ ਥੋੜ੍ਹੀ ਜਿਹੀ ਮਹਿੰਗੀ ਕਰ ਦਿਓ, ਇੰਨੀ ਕੁ ਇੰਪੋਰਟ ਡਿਊਟੀ ਲਾ ਦਿਓ। ਹੁਣ ਜੇ ਉਹਦੇ 'ਤੇ 40% ਇੰਪੋਰਟ ਡਿਊਟੀ ਲਾਉਣੀ ਪਈ, ਭਾਰਤ ਦੀ ਇੱਕ ਰੇਟ ਦੇ ਬਰਾਬਰ ਕਰਨਾ ਪਿਆ, ਤਾਂ ਇਟ ਮੀਨਸ ਕਿ ਉਹ 40% ਭਾਰਤ ਨਾਲੋਂ ਸਸਤਾ ਰੇਟ ਹੈ ਤਾਂ ਰਹੀ ਹੈ। ਹੁਣ ਜੇ ਉਹਦੇ ਉਹਨੂੰ ਰਿਮੂਵ ਕਰ ਦੇਣਗੇ ਬਿਲਕੁਲ, ਜਾਂ ਉਹਨੂੰ ਹੁਣ ਪਹਿਲਾਂ ਤਾਂ ਰਿਮੂਵ ਦੀਆਂ ਗੱਲਾਂ ਆ ਰਹੀਆਂ ਸੀ, ਹੁਣ ਆ ਰਹੀਆਂ ਨੇ ਕਿ ਉਹਨੂੰ ਅਸੀਂ ਰਿਡਿਊਸ ਕਰਾਂਗੇ, ਉਹਨੂੰ ਘਟਾਵਾਂਗੇ, ਉਹਦੇ ਕੱਟ ਲਾਵਾਂਗੇ। ਜੇ ਕੱਟ ਵੀ ਲਾਉਂਦੇ ਨੇ ਤਾਂ ਜੇਕਰ ਮੰਨ ਲਓ ਉਹਦੇ 'ਚੋਂ 20% ਕੱਟ ਲੱਗ ਜਾਂਦਾ, ਅੱਗੇ 40% ਅੱਧਾ ਕੱਟ ਲੱਗ ਜਾਂਦਾ,
ਤਾਂ ਕਿਸਾਨ ਨੂੰ 400-500 ਰੁਪਈਆ ਕੁਇੰਟਲ ਮਗਰ ਫਿਰ ਵੀ ਘਾਟਾ ਚੱਲਣਾ ਪਏਗਾ, ਘੱਟ ਰੇਟ 'ਤੇ ਵਿਕੇਗੀ। ਹੁਣ ਇਹ ਕਹਿੰਦੇ ਨੇ ਕਿ ਜੇ ਅਸੀਂ ਤਾਂ ਜੀ ਫਰਵਰੀ ਤੱਕ ਕਰਨਾ ਹੈ, ਜਾਂ ਦੇਸ਼ ਨੂੰ ਅਨਾਜ ਦੀ ਕਮੀ ਹੈ। ਅਗਰ ਤੁਸੀਂ ਇਹਦੇ ਅੰਕੜੇ ਚੈੱਕ ਕਰੋਗੇ ਨਾ ਤਾਂ ਬੜੀਆਂ ਗੱਲਾਂ ਸਪਸ਼ਟ ਹੁੰਦੀਆਂ ਨੇ। ਕੀ ਹੈ ਕਿ ਇੰਡੀਆ ਦੇ ਅੰਦਰ ਜਿਹੜੀ ਕਣਕ ਦੀ ਪ੍ਰੋਡਕਸ਼ਨ ਹੈ ਉਹ 114 ਮਿਲੀਅਨ ਮੀਟਰਿਕ ਟਨ ਹੈ। ਇੰਡੀਆ ਦੀ ਪੂਰੀ ਖਪਤ ਆ ਜਿਹੜੀ ਉਹ 103 ਮਿਲੀਅਨ ਮੀਟਰਿਕ ਟਨ ਹੈ। ਜਦੋਂ 103 ਮਿਲੀਅਨ ਮੀਟਰਿਕ ਟਨ ਇੰਡੀਆ ਦੀ ਖਪਤ ਹੈ ਔਰ ਪ੍ਰੋਡਕਸ਼ਨ 114 ਮਿਲੀਅਨ ਮੀਟਰਿਕ ਟਨ ਦੀ ਹੈਗੀ ਆ, ਤਾਂ ਹਰ ਵਾਰੀ ਇਹ ਵੀ ਹੁੰਦਾ ਰਿਹਾ ਪਿੱਛੇ ਕਿ ਜੀ FCI ਕਹਿੰਦੀ ਆ ਵੀ ਸਾਡੇ ਕੋਲ ਅਨਾਜ ਬਹੁਤ ਹੈ, ਅਨਾਜ ਬੰਦ ਕਰੋ, ਖਰੀਦ ਬੰਦ ਕਰੋ। ਤੋ ਇਹ ਜਿਹੜੀਆਂ ਗੱਲਾਂ ਨੇ ਨਾ, ਇਹ ਸਾਰੀਆਂ ਹਾਲਾਤ ਮੰਗ ਕਰਦੇ ਨੇ ਕਿ ਇਹ ਮੰਗਾਂ ਲੈ ਕੇ ਅਸੀਂ ਦਿੱਲੀ ਵੱਲ ਨੂੰ ਜਾਣ ਦਾ ਤਿਆਰੀ ਹੈ। ਇਹ ਦੇਖੋ ਸਰਕਾਰ ਕਿੱਡੀ ਈਗੋ 'ਚ ਆ, ਕਿੱਡੀ ਅਹੰਕਾਰ 'ਚ ਹੈ, ਪਤਾ ਨਹੀਂ ਕਿਸ ਗੱਲ ਦੀ ਸਮਝ ਨਹੀਂ ਲੱਗ ਰਹੀ ਮੈਨੂੰ। ਤਾਂ ਚੋਣਾਂ ਦਾ ਦੌਰ ਹੋਵੇ, ਲੋਕ ਅੰਦੋਲਨ ਦੀ ਤਿਆਰੀ ਕਰ ਰਹੇ ਹੋਣ, ਅਤੇ ਸਰਕਾਰ ਇਹ ਕੱਢ ਮਾਰੇ ਨਵਾਂ ਕੱਛ 'ਚੋਂ ਮੂਲਾ ਕਿ ਲਓ ਜੀ ਕਿਸਾਨਾਂ ਦੇ ਉੱਤੇ ਟੈਕਸ ਲਾਓ, ਇਨਕਮ ਟੈਕਸ ਲਾਉਣ ਦੀਆਂ ਗੱਲਾਂ ਕਰ ਰਹੇ ਨੇ। ਇਹਦਾ ਮਤਲਬ ਕਿਸਾਨਾਂ ਦੀ ਵੋਟ ਦਾ ਇਹ ਤਾਂ ਉਹ ਤਾਂ ਐਵੇਂ ਹੀ ਹੋ ਸਕਦਾ ਕਿ ਉਹਨਾਂ ਨੂੰ ਐਂ ਲੱਗੇ ਜੇ ਇਨਕਮ ਟੈਕਸ ਵਾਲੇ ਰੌਲਾ ਪਾਲਣਗੇ ਤਾਂ ਉਹੀ ਸੁਲਝਾ ਦੇਣਗੇ, ਦੂਜਾ ਦਬਾ ਬਹਿ ਜੂਗਾ ਅੱਗੇ ਵਾਂਗੂ। ਨਹੀਂ ਚਲੋ, ਪਹਿਲਾਂ ਵੀ ਬਹੁਤ ਸਾਰੇ ਲੀਡਰ ਤਾਂ ਜਾ ਕੇ ਉਹਨਾਂ ਦੀਆਂ ਪਤਨੀਆਂ ਦੇ ਨਾਲ ਪੈਗ ਵੀ ਲਾ ਆਏ ਸੀ ਨਾ, ਕੀ ਉਹ ਜਾਣਗੇ ਹੁਣ? ਕਿਉਂਕਿ ਉਹਨਾਂ ਦੇ ਜਸ਼ਨ ਮਨਾ ਲਏ ਸੀ, ਉਹਨਾਂ ਨੂੰ ਪਤਾ ਸੀ ਕਿ ਵੀ ਇੱਥੇ ਜੇ ਕਹਾਣੀ ਹੈਗੀ ਹੈ ਇਹਨਾਂ ਦੀ, ਕੁਛ ਕੁ ਗੜੇ ਆ। ਇਹ ਤਾਂ ਗੱਲ ਰਾਜੇਵਾਲ ਨੇ ਵੀ ਕਲੀਅਰ ਕਰਤੀ ਸੀ, ਤੁਹਾਡਾ ਨਾਂ ਲੈ ਕੇ ਕਿਹਾ ਸੀਗਾ ਕਿ ਜੀ ਉਹ ਤਾਂ ਬਹੁਤ ਰੌਲਾ ਪਾਉਂਦੇ ਰਹੇ ਕਿ ਉੱਥੇ ਬੈਠ ਗਏ, ਪਰ ਇਹਨਾਂ ਨੇ ਜਸ਼ਨ ਮਨਾਤੇ ਉਦੋਂ। ਜਗਮੀਤ ਜੀ, ਮੈਂ ਤਾਂ ਸਟੇਜ ਤੋਂ ਵੀ ਬੋਲ ਕੇ ਆਇਆ ਸੀਗਾ ਵੀ ਹਜੇ ਉੱਠਣ ਦਾ ਟਾਈਮ ਨਹੀਂ, ਇੰਨੀਆਂ ਖੁਸ਼ੀਆਂ ਨਾ ਮਨਾਓ, ਕਿਉਂਕਿ ਜੇ ਅਸੀਂ ਇੰਨੀਆਂ ਖੁਸ਼ੀਆਂ ਮਨਾ ਰਹੇ ਹਾਂ ਤਾਂ ਇਹਦਾ ਮਤਲਬ ਅਸੀਂ ਸਮਝ ਨਹੀਂ ਰਹੇ ਚਾਲ। ਮੋਦੀ ਜੀ ਨੇ ਇਹ ਗੱਲ ਕਹੀ ਸੀਗੀ ਕਿ ਅਸੀਂ ਕਿਸਾਨਾਂ ਨੂੰ ਸਮਝਾ ਨਹੀਂ ਪਾਏ, ਕਿ ਕਾਨੂੰਨ ਬਹੁਤ ਚੰਗੇ ਸੀ। ਇਹ ਨਹੀਂ ਕਿਹਾ ਕਿ ਕਾਨੂੰਨ ਗਲਤ ਬਣ ਗਏ, ਇਹ ਕਿਹਾ ਕਿ ਅਸੀਂ ਆਪਦੇ ਕਿਸਾਨਾਂ ਨੂੰ ਸਮਝਾ ਨਹੀਂ ਸਕੇ, ਕਾਨੂੰਨ ਬਹੁਤ ਚੰਗੇ ਸੀ, ਸਾਡੀ ਤਪੱਸਿਆ 'ਚ ਕਮੀ ਰਹੀ ਹੈ, ਜੇ ਸਾਡੇ ਕਿਸਾਨਾਂ ਨੂੰ ਚੰਗੇ ਨਹੀਂ ਲੱਗਦੇ ਤਾਂ ਅਸੀਂ ਵਾਪਸ ਲੈਂਦੇ ਹਾਂ, ਇਹ ਕਿਹਾ ਸੀ। ਹੁਣ ਮੈਂ ਉੱਧਰ ਸਟੇਜ ਤੋਂ ਜਾ ਕੇ, ਜਿੱਦੇ 6 ਦਸੰਬਰ ਨੂੰ ਮੈਂ ਟਿਕਰੀ ਬਾਰਡਰ 'ਤੇ ਸਟੇਜ 'ਤੇ ਜਾ ਕੇ ਬੋਲ ਕੇ ਆਇਆ, ਅਤੇ ਮੈਂ ਉੱਧਰ ਕਿਹਾ ਸੀ ਵੀ ਇਹ ਦੁਬਾਰਾ ਕਿਸੇ ਨਾ ਕਿਸੇ ਬਦਲਵੇਂ ਰੂਪ 'ਚ ਆਉਣਗੇ ਇੱਥੇ ਦਿੱਲੀ। ਮੈਂ ਤਾਂ ਹੁਣ ਤਿਆਰੀ ਚੱਲ ਰਹੀ ਹੈ ਜੀ, ਹਾਂ। ਮੈਂ ਕਿਹਾ ਸੀਗਾ ਵੀ ਇਹ ਕਾਨੂੰਨ ਦੁਬਾਰਾ ਬਦਲਵੇਂ ਰੂਪ 'ਚ ਆਉਣਗੇ, ਕਾਨੂੰਨ ਬਦਲਵੇਂ ਰੂਪ 'ਚ ਦੁਬਾਰਾ ਆਉਣਗੇ। ਹੁਣ ਬਦਲਵੇਂ ਰੂਪ 'ਚ ਕਿਵੇਂ ਆਏ? ਤੁਸੀਂ ਦੇਖਿਆ ਹੋਵੇ ਜਦੋਂ ਦਿੱਲੀ ਅੰਦੋਲਨ ਚੱਲਦਾ ਸੀ, ਸਾਡੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਜਾ ਕੇ ਡਕਰੂ ਵਾਲਾ ਜਿਹੜਾ ਸੈਲੋ ਹੈ ਉਹ ਸੈਲੋ 'ਤੇ ਪ੍ਰੋਟੈਸਟ ਕਰਦੀ ਹੈ, ਉਹਨਾਂ ਦੇ ਬੋਰਡ ਵਗੈਰਾ ਵੀ ਮਤਲਬ ਪੱਟਦੀ ਹੈ ਅਤੇ ਤੋੜਦੀ ਹੈ ਮੋਗੇ ਕੋਲ। ਹੁਣ ਇੰਨਾ ਕੁਛ ਕਰਕੇ ਅਤੇ ਜਦੋਂ ਸੱਤਾ 'ਤੇ ਆ ਗਏ, ਲੋਕਾਂ ਨੂੰ ਇਹ ਪਤਾ ਲੱਗਿਆ ਵੀ ਠੀਕ ਹੈ ਅਡਾਨੀਆਂ ਦੇ ਖਿਲਾਫ ਭੁਗਤੇਗੀ ਇਹ ਸਰਕਾਰ, ਅਤੇ ਲੋਕਾਂ ਨੇ ਇਹਨਾਂ ਨੂੰ 92 ਸੀਟਾਂ ਦਿੱਤੀਆਂ, ਅਤੇ ਸਰਕਾਰ ਬਣਦਿਆਂ ਸਾਰ ਸਭ ਤੋਂ ਪਹਿਲਾਂ ਉਸੇ ਹੀ ਡਕਰੂ ਵਾਲੇ ਸੈਲੋ ਨੂੰ ਸਾਡੀ ਪੰਜਾਬ ਗਵਰਨਮੈਂਟ ਨੇ ਮੰਡੀ ਐਲਾਨ ਕੀਤਾ ਜੀ। ਇਹ ਗੱਲ ਆ ਤਾਂ ਫਿਰ ਕੀ ਲੱਗਦਾ ਕਿ ਫਿਰ ਪੰਜਾਬ ਤੋਂ ਬਾਅਦ ਟਰਾਲੀਆਂ ਨਿਕਲ ਦੇਣਗੇ ਹੁਣ? ਨਹੀਂ, ਇਹ ਤਾਂ ਦੇਖੋ ਜੇ ਉਹ ਚਾਲੂ ਕਰ ਸਕਦੇ ਆ ਤਾਂ ਰੋਕ ਵੀ ਸਕਦੇ ਆ। ਮੈਂ ਇਹ ਗੱਲ ਕਰਦਾ ਰੋਕਣ ਜੇ ਉਹ ਰੋਕਣਗੇ ਤਾਂ ਇਹਦਾ ਮਤਲਬ ਪੰਜਾਬ ਵਾਲੇ ਲੜਨਾ ਚਾਹੁੰਦੇ ਆ ਲੋਕਾਂ ਨਾਲ, ਪੰਜਾਬ ਸਰਕਾਰ ਉਹਦਾ ਖਿਮਾਜਾ ਭੁਗਤਣਾ ਪਊਗਾ ਪੰਜਾਬ ਸਰਕਾਰ ਨੂੰ। ਆ ਸਾਡੀ ਲੜਾਈ ਹੈ ਦਿੱਲੀ ਨਾਲ, ਇਸ ਵੇਲੇ ਪੰਜਾਬ ਨਾਲ ਸਾਡੀ ਕੋਈ ਲੜਾਈ ਨਹੀਂ। ਅਗਰ ਪੰਜਾਬ ਸਰਕਾਰ ਦਿੱਲੀ ਦੀ ਝੋਲੀ ਚੱਕ ਬਣ ਕੇ ਸਾਡੇ ਕਿਸਾਨਾਂ ਨੂੰ ਰੋਕੇਗੀ, ਕਿਸਾਨਾਂ 'ਤੇ ਲਾਠੀ ਚਾਰਜ ਕਰੇਗੀ,
ਕਿਸਾਨਾਂ ਨੂੰ ਗ੍ਰਿਫਤਾਰੀਆਂ ਕਰੇਗੀ, ਕੁਛ ਵੀ ਕਰੇਗੀ ਤਾਂ ਪੰਜਾਬ ਸਰਕਾਰ ਨੂੰ ਇਹ ਬਹੁਤ ਮਹਿੰਗਾ ਪੈ ਸਕਦਾ। ਅਸੀਂ ਫਿਰ ਦਿੱਲੀ ਵਾਲਾ ਫਿਰ ਲੜ ਲਾਂਗੇ, ਪਹਿਲਾਂ ਪੰਜਾਬ ਵਾਲਿਆਂ ਨੂੰ ਟੱਕਰ ਲੈ ਲਾਂਗੇ। ਇਹਦਾ ਮਤਲਬ ਸਾਨੂੰ ਪੂਰੀ ਤਿਆਰੀ 'ਚ ਨਿਕਲੋਗੇ? ਨਹੀਂ, ਮਜ਼ਬੂਰੀ ਆ ਨਾ ਜੀ। ਦੇਖੋ ਮਜ਼ਬੂਰੀ ਹੈ, ਅੱਜ ਸਰਕਾਰ ਹੈ ਦਿੱਲੀ ਦੇ ਵਿੱਚ, ਉਹਨਾਂ ਦੀ ਸਾਡੇ ਨਾਲ ਵਾਅਦੇ ਕੀਤੇ ਨੇ, ਜਿਹੜੇ ਜਿਹੜੀਆਂ ਮੈਂ ਮੰਗਾਂ ਦੀ ਤੁਹਾਡੇ ਨਾਲ ਗੱਲ ਕੀਤੀ ਹੈ ਸਾਰੀਆਂ ਸਾਡੇ ਨਾਲ ਕਮਿਟਮੈਂਟ ਨੇ, ਵਾਅਦੇ ਕੀਤੇ ਨੇ। ਅਤੇ ਜਿਹੜੇ ਵਾਅਦੇ ਕੀਤੇ ਹੈ, ਅੱਜ ਸਰਕਾਰ ਬੈਠੀ ਹੈ, ਕੱਲ੍ਹ ਨੂੰ ਇਹਨਾਂ ਨੇ ਕਹਿਣਾ ਜੀ ਸਾਡੀ ਤਾਂ ਸਰਕਾਰ ਨਹੀਂ ਰਹੀ, ਦੂਜੇ ਕਹਿਣਗੇ ਸਾਡੇ ਤੁਹਾਡੇ ਨਾਲ ਵਾਅਦੇ ਹੀ ਨਹੀਂ ਸੀ। ਟਾਈਮ ਵੀ ਥੋੜ੍ਹਾ ਹੀ ਰਹਿ ਗਿਆ ਹੁਣ ਤਾਂ। ਤਾਂ ਹੀ ਤਾਂ ਮੈਂ ਤੁਹਾਨੂੰ ਕਿਹਾ ਵੀ ਸਾਡੀ ਤਾਂ ਮਜਬੂਰੀ ਹੈ, ਸਾਨੂੰ ਤਾਂ ਜਾਣਾ ਪੈਣਾ। ਇਹ ਸਾਰੇ ਜਾਣਗੇ ਜੱਜ ਨਾਲ ਇਲੈਕਸ਼ਨ ਲੜ ਲਈ ਹੋਏ ਚੁੱਪ ਬੈਠੇ? ਨਹੀਂ ਦੇਖੋ, ਇਲੈਕਸ਼ਨ ਲੜਨੀ ਜਾਂ ਨਾ ਲੜਨੀ ਤਾਂ ਉਹ ਤਾਂ ਗੱਲ ਵੱਖਰੀ ਹੈ, ਲੇਕਿਨ ਅਸੀਂ ਬੜਾ ਇਹ ਗੱਲ ਰੱਖੀ ਹੈ ਕਿ ਅਸੀਂ ਇੱਕ ਕਮੇਟੀ ਬਣਾਈ ਹੈ, ਜਿਹੜੀ ਸਾਡੀ ਕਮੇਟੀ 5 ਮੈਂਬਰੀ ਕਮੇਟੀ ਹੈ, ਹਰਿਆਣੇ ਤੋਂ ਵੀ ਆਗੂ ਲਏ ਨੇ ਉਹਦੇ 'ਚ, ਪੰਜਾਬ ਦੇ ਵੀ ਆਗੂ ਨੇ। ਇਹ ਆਗੂ ਕੋਸ਼ਿਸ਼ ਕਰ ਰਹੇ ਨੇ ਪੂਰੇ ਦੇਸ਼ ਦੀਆਂ ਜਥੇਬੰਦੀਆਂ ਜਿੱਥੇ ਜਿੱਥੇ ਵੀ ਸਾਡੇ ਵਿਚਾਰਾਂ ਦੀਆਂ ਹੈਗੀਆਂ ਨੇ, ਉਹਨਾਂ ਨੂੰ ਅਸੀਂ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਡਾ ਕੋਸ਼ਿਸ਼ ਹੈ ਕਿ ਜਿਹੜੀਆਂ ਸਾਡੀ ਜਿਵੇਂ ਅਸੀਂ ਗੈਰ ਰਾਜਨੀਤਿਕ ਰਹਿ ਕੇ ਚੱਲਣਾ ਚਾਹ ਰਹੇ ਹਾਂ, ਕਿਉਂਕਿ ਆਪਾਂ ਅੰਦੋਲਨ ਪਿੱਛੇ ਜਿੱਤਿਆ ਹੈ, ਆਪਣਾ ਐਕਸਪੀਰੀਅੰਸ ਹੋ ਗਿਆ ਕਿ ਜੇ ਗੈਰ ਰਾਜਨੀਤਿਕ ਰੱਖ ਕੇ ਲੜਿਆ ਹੈ ਤਾਂ ਜਿੱਤਿਆ ਵੀ ਗਿਆ। ਇਹਨੂੰ ਉਸੇ ਤਰ੍ਹਾਂ ਨੋਨ ਪੋਲੀਟੀਕਲ ਰੱਖ ਕੇ ਹੀ ਅਸੀਂ ਲੜਨਾ ਚਾਹ ਰਹੇ ਹਾਂ। ਜਿਹੜੇ ਪੋਲੀਟੀਕਲ ਲੱਤਾਂ ਤਾਂ ਨਹੀਂ ਖਿੱਚਣਗੇ? ਨਹੀਂ, ਜੋ ਲੱਤਾਂ ਖਿੱਚਣਗੇ ਤਾਂ ਫਿਰ ਮਤਲਬ ਸਾਹਮਣੇ ਆਜੂਗਾ, ਲੋਕਾਂ ਦੇ ਸਾਹਮਣੇ ਆਜੂਗਾ ਜੇ ਕੋਈ ਲੱਤਾਂ ਖਿੱਚਿਆ। ਮੈਨੂੰ ਨਹੀਂ ਲੱਗਦਾ ਗਾ ਕਿ ਕਿਸਾਨਾਂ ਦੀਆਂ ਲੱਤਾਂ ਖਿੱਚਣੀਆਂ ਚਾਹੀਦੀਆਂ ਕਿਸੇ ਨੂੰ, ਅਤੇ ਐਡੀ ਵੱਡੀ ਗਲਤੀ ਕਰਨੀ ਵੀ ਨਹੀਂ ਚਾਹੀਦੀ ਕਿਸੇ ਨੂੰ, ਨਹੀਂ ਕਰਨੀ ਵੀ ਨਹੀਂ ਕਿਸੇ ਨੇ, ਕਿ ਐਡੀ ਵੱਡੀ ਲੜਾਈ ਲੜਨ ਜਾ ਰਹੇ ਨੇ, ਕਿਸਾਨਾਂ ਦੇ ਹੱਕਾਂ ਦੀ ਲੜਾਈ ਹੈ, ਅਤੇ ਉਸ ਵੇਲੇ ਜੇ ਕੋਈ, ਜਿਵੇਂ ਤੁਸੀਂ ਕਿਹਾ ਪੰਜਾਬ ਸਰਕਾਰ ਨਾਲ ਨਿਬੜ ਲਾਂਗੇ, ਅੱਗੇ ਹਰਿਆਣੇ ਸਰਕਾਰ ਨੇ ਅੱਗੇ ਵੀ ਬਹੁਤ ਟਿੱਕਰੀ ਬਾਰਡਰ, ਖਨੌਰੀ ਬਾਰਡਰ ਜਾਂ ਜਿੰਨੇ ਵੀ ਬਾਰਡਰ ਇੱਥੋਂ, ਸੋਰੀ ਸ਼ਿੰਗੂ ਬਾਰਡਰ, ਖਨੌਰੀ ਬਾਰਡਰ, ਜਿੰਨੇ ਵੀ ਬਾਰਡਰ ਪੈਂਦੇ ਸੀ ਡੱਬ ਵਾਲੀ, ਇਹਨਾਂ ਨੇ ਲੱਤਾਂ ਡਾਈਆਂ। ਕੀ ਲੱਗਦਾ ਹੁਣ ਉਹਨਾਂ ਉਹ ਗਲਤੀ ਕਰਨ ਦੇਊਗੀ ਸਰਕਾਰ ਸੈਂਟਰ ਵਾਲੀ ਉਹਨਾਂ ਨੂੰ? ਦੇਖੋ ਗੱਲ ਕੀ ਹੈ, ਸਾਡੀ ਤਿਆਰੀ ਹੈ ਦਿੱਲੀ ਜਾਣਾ ਹੈ ਅਸੀਂ, ਸਰਕਾਰ ਦਿੱਲੀ ਜਾਣ ਤੋਂ ਸਾਨੂੰ ਰੋਕ ਸਕਦੀ ਹੈ ਜੀ, ਲੇਕਿਨ ਸਰਕਾਰ ਨੂੰ ਸਾਡਾ ਇਤਿਹਾਸ ਵੇਖਣਾ ਚਾਹੀਦਾ ਹੈ। ਜੇ ਇਹ ਸਰਕਾਰ ਸੋਚੇ ਨਾ ਵੀ ਇਹਨਾਂ ਨੂੰ ਬਾਰਡਰਾਂ ਦੇ ਪਿੱਛੇ ਬਿਠਾ ਕੇ ਹੀ ਮਸਲਾ ਹੱਲ ਅਸੀਂ ਕਰ ਲਾਂਗੇ, ਆਪਦਾ ਉੱਲੂ ਸਿੱਧਾ ਕਰ ਲਾਂਗੇ, ਉੱਲੂ ਸਿੱਧਾ ਨਹੀਂ ਹੋਣਾ। ਸਾਡਾ ਅੰਦੋਲਨ ਜਿੱਥੇ ਵੀ ਹੁੰਦਾ ਹੋਇਆ, ਮੰਨ ਲਓ ਜਿੱਥੇ ਵੀ ਪਾਉਣਗੇ ਸਾਨੂੰ, ਅਸੀਂ 2018 'ਚ ਦਿੱਲੀ ਜਾ ਰਹੇ ਸੀ, ਸਾਨੂੰ ਚੀਮਾ ਮੰਡੀ ਦੇ ਵਿੱਚ 28 ਦਿਨ ਟੈਂਪਰੇਰੀ ਜੇਲ੍ਹ ਬਣਾ ਕੇ ਸਰਕਾਰ ਨੇ ਬੰਦ ਕਰੀ ਰੱਖਿਆ। ਅੰਦੋਲਨ ਤਾਂ ਫਿਰ ਵੀ ਹੋਇਆ ਨਾ, ਦਿੱਲੀ ਫਿਰ ਵੀ ਗਏ ਨਾ ਕਿਸਾਨ। ਜਦੋਂ ਕਿਸਾਨ ਦਿੱਲੀ ਗਏ, ਉੱਥੇ ਜਗਿਆਂ ਤੋਂ ਸਰਕਾਰ ਨੂੰ ਇਹ ਕਹਿਣਾ ਪਿਆ, ਸਾਡੀ ਮੰਗ ਸੀ ਕਿ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰੋ, ਸਰਕਾਰ ਨੂੰ ਲਿਖ ਕੇ ਦੇਣਾ ਪਿਆ ਕਿ 3 ਮਹੀਨਿਆਂ ਦੇ ਵਿੱਚ ਵਿੱਚ ਅਸੀਂ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਾਂਗੇ। ਹਾਂ, ਰਿਪੋਰਟ ਐਜ਼ ਇਟ ਇਜ਼ ਲਾਗੂ ਨਹੀਂ ਕੀਤੀ, ਲੇਕਿਨ ਯਾਦ ਹੋਏਗਾ ਤੁਹਾਨੂੰ ਕਿ 4 ਜੁਲਾਈ 2018 ਨੂੰ ਭਾਰਤ ਸਰਕਾਰ ਦੀ ਕੈਬਨਿਟ ਦੀ ਮੀਟਿੰਗ ਦੀ ਹੁੰਦੀ ਹੈ, ਉਸ ਮੀਟਿੰਗ ਦੇ ਵਿੱਚ ਐਲਾਨ ਕਰਦੇ ਹੈ ਕਿ ਕਿਸਾਨਾਂ ਨੂੰ ਅਸੀਂ 200 ਰੁਪਈਆ ਝੋਨੇ ਦਾ ਰੇਟ ਵਧਾ ਤਾ, 800 ਰੁਪਈਆ ਨਰਮੇ ਦਾ ਰੇਟ ਵਧਾ ਤਾ, 700 ਕੁਛ ਰੁਪਈਏ ਬਾਜਰੇ ਦਾ ਰੇਟ ਵਧਾਇਆ, ਹਰ ਦਾ ਰੇਟ ਵਧਾਇਆ, ਸਾਰੀਆਂ ਚੀਜ਼ਾਂ ਦੇ ਰੇਟ ਵਧੇ। ਇਹ ਕਿਹਾ ਕਿ ਅਸੀਂ ਡਾਕਟਰ ਸਵਾਮੀਨਾਥਨ ਦੇ ਫਾਰਮੂਲੇ ਅਨੁਸਾਰ ਫਸਲ ਦੇ ਤਾ, ਲੇਕਿਨ ਹਾਲਾਂਕਿ ਦਿੱਤਾ ਨਹੀਂ ਸੀ, ਲੇਕਿਨ ਕੁਛ ਨਾ ਕੁਛ ਲੈ ਕੇ ਆਏ ਉੱਥੇ ਲੋਕ, ਜੇ ਤੁਰੇ ਨੇ ਤਾਂ। ਸੋ ਜੇ ਲੋਕ ਤੁਰਨਗੇ ਨਾ ਤਾਂ ਇਹ ਨਹੀਂ ਆ ਕੇ ਮਤਲਬ ਅਸੀਂ ਟਾਰਗੇਟ ਸਰਕਾਰਾਂ ਨੂੰ ਕਰ ਰਹੇ ਹਾਂ, ਲੇਕਿਨ ਇਹਦੇ ਨਾਲ ਸਾਡੀਆਂ ਪੋਲੀਟੀਕਲ ਧਿਰਾਂ ਵੀ ਤਾਂ ਟਾਰਗੇਟ ਹੋਣੀਆਂ ਨਾ। ਅਗਰ ਅਸੀਂ ਚੱਲੇ ਹਾਂ, ਚੋਣਾਂ ਦਾ ਦੌਰ ਹੈ, ਸਾਡੀਆਂ ਮੰਗਾਂ
ਪੋਲੀਟੀਕਲ ਪਾਰਟੀਆਂ ਦੇ ਵੀ ਤਾਂ ਚੋਣ ਮੈਨੀਫੈਸਟੋ ਦਾ ਹਿੱਸਾ ਬਣਨਗੀਆਂ। ਅਗਰ ਅਸੀਂ ਚੁੱਪ ਕਰਕੇ ਬੈਠੇ ਹਾਂ ਤਾਂ ਕੋਈ ਸਾਡੀ ਗੱਲ ਚੱਕਣ ਨੂੰ ਸੁਣਨ ਨੂੰ ਤਿਆਰ ਨਹੀਂ। ਨਿਕਲਣਗੇ ਲੋਕ ਪਿੰਡਾਂ 'ਚੋਂ, ਉਮੀਦ ਅੱਗੇ ਨਾਲੋਂ ਵੱਧ ਨਿਕਲਣ ਦੀ ਹੈ, ਉਮੀਦ ਲੋਕਾਂ ਦੀ ਪਹਿਲਾਂ ਨਾਲੋਂ ਵੱਧ ਨਿਕਲਣ ਦੀ ਹੈ। ਕਿਉਂ? ਕਿਉਂਕਿ ਪਹਿਲੀ ਵਾਰੀ ਜਦੋਂ ਅੰਦੋਲਨ ਸ਼ੁਰੂ ਹੋਇਆ ਸੀ ਨਾ ਜਗਮੀਤ, ਉਸ ਵੇਲੇ ਅੰਦੋਲਨ ਦੇ ਵਿੱਚ ਪੰਜਾਬ ਅਤੇ ਹਰਿਆਣਾ ਸ਼ੁਰੂ ਹੋਇਆ ਸੀ। ਪਹਿਲੇ ਤਾਂ ਪੰਜਾਬ 'ਤੇ ਸ਼ੁਰੂ ਹੋਇਆ, ਪੰਜਾਬ ਤੋਂ ਸ਼ੁਰੂ ਹੋਇਆ, ਫਿਰ ਹਰਿਆਣੇ ਨੇ ਸਹਿਯੋਗ ਦਿੱਤਾ। ਸੁਬਹਾ ਨੂੰ ਤਾਂ ਹਰਿਆਣਾ ਹੀ ਹਰਿਆਣਾ ਹੋਇਆ ਪਿਆ ਸੀ ਉੱਥੇ, ਹਰਿਆਣੇ ਦਾ ਸੁਬਹਾ ਨੂੰ ਵੀ ਨਹੀਂ ਮੈਂ ਕਹੂੰਗਾ, ਹਰਿਆਣੇ ਨੇ ਤਾਂ ਮਤਲਬ ਇੰਨਾ ਸਪੋਰਟ ਕਰਨਾ ਸ਼ੁਰੂ ਕਰਤਾ ਸੀਗਾ ਜਦੋਂ ਇੱਥੇ ਮਤਲਬ ਰੋਕਣਾ ਸ਼ੁਰੂ ਕੀਤਾ ਤੇ ਲੋਕਾਂ ਨੇ ਆਪਣੇ ਖੇਤਾਂ ਦੇ ਵਿੱਚ ਦੀ ਟਰਾਲੀਆਂ ਕਿਹਾ ਵੀ ਤੁਸੀਂ ਮੇਰੀਆਂ ਅੱਖਾਂ ਦੇ ਸਾਹਮਣੇ ਉਹਨਾਂ ਨੇ ਜਿਹੜੇ ਪੱਥਰ ਲੱਗੇ ਟਰੈਕਟਰ ਆਪਦੇ ਨਾਲ ਖਿੱਚੇ ਆਪਣੇ ਹਲਦੇ ਚੁੱਪ ਬੈਠੇ ਹੀ ਅਜੇ ਅਜੇ ਉਹਨੇ ਗਰਮ ਨਹੀਂ ਸੀ ਜਿੰਨੇ ਉਹ ਅਗਲੇ ਪਾਸੇ ਪੈਂਦੇ ਅਗਲੇ ਪਾਸੇ ਮਿਲਦੇ ਆ। ਤਾਂ ਉਹਨਾਂ ਨੂੰ ਕੀਤਾ ਹੈ, ਅਗਰ ਉਹ ਹੋਇਆ ਹੈ ਨਾ ਤੇ ਉਹ ਮਤਲਬ ਹਰਿਆਣੇ ਤੋਂ ਪੰਜਾਬ ਤੋਂ ਹੋਇਆ। ਉਸ ਵੇਲੇ ਨਾ ਯੂਪੀ ਸੀ ਅਜੇ, ਨਾ ਉਸ ਵੇਲੇ ਮੱਧ ਪ੍ਰਦੇਸ਼ ਤੋਂ ਕੁਛ ਸੀਗਾ। ਹਾਂ, ਇਸ ਵਾਰੀ ਮੇਰੀਆਂ ਮੀਟਿੰਗਾਂ ਹੋਈਆਂ ਨੇ ਸਾਡਾ, ਜਦੋਂ ਅਸੀਂ ਇਹਦੀ ਤਿਆਰੀ 'ਚ ਨਿਕਲੇ ਹਾਂ ਬਾਹਰ, ਉੜੀਸਾ ਇੱਕ ਵੱਡਾ ਇਕੱਠ ਹੋਇਆ ਉੱਥੇ ਮੈਂ ਬੋਲ ਕੇ ਆਇਆ, ਉਸ ਤੋਂ ਬਾਅਦ ਕਰਨਾਟਕਾ, ਤਾਮਿਲਨਾਡੂ, ਕੇਰਲਾ, ਤੇਲੰਗਾਨਾ, ਗੁਜਰਾਤ, ਮੱਧ ਪ੍ਰਦੇਸ਼, ਇਹਨਾਂ ਸਟੇਟਾਂ ਦੇ ਵਿੱਚ ਮੈਂ ਗਿਆ ਬੋਲਣ। ਔਰ ਇਹਨਾਂ ਸਟੇਟਾਂ ਦੇ ਲੋਕਾਂ ਨੇ ਇਹ ਕਿਹਾ ਕਿ ਅਸੀਂ 13 ਨੂੰ ਆਵਾਂਗੇ। ਪਿਛਲੀ ਵਾਰੀ ਇਹਨਾਂ ਸਟੇਟਾਂ 'ਚ ਲੋਕ ਨਹੀਂ ਆਏ ਸੀ। ਅੱਛਾ, ਐਤਕੀ ਲੋਕ ਆਉਣਗੇ, ਉਹਨਾਂ ਨੇ ਪਹਿਲਾਂ ਕਹਿਤਾ ਵੀ ਅਸੀਂ ਆਵਾਂਗੇ ਅੱਗੇ ਤੋਂ ਪਿੱਛੋਂ ਆਉਂਦੇ ਸੀ ਕਾਫਲੇ ਲੈ ਕੇ 100-200 ਬੰਦਾ, 400 ਬੰਦਾ। ਹਾਂ, ਬਸ ਇਹ ਹੁੰਦਾ ਸੀਗਾ ਕਦੇ 100 ਆ ਗਿਆ, ਕਦੇ 50 ਆ ਗਿਆ, ਕਦੇ 200 ਆ ਗਿਆ। ਉਹ ਆਪਦੀ ਹਾਜ਼ਰੀ ਇੱਕ ਹਾਜ਼ਰੀ ਭਰਨੀ ਆਉਂਦੀ ਸੀ ਸਟੇਜਾਂ ਤੇ। ਨਹੀਂ, ਉਹ ਐਤਕੀ ਉਹ ਨਹੀਂ ਹੈ, ਉਹ ਕਹਿੰਦੇ ਅਸੀਂ ਮਤਲਬ ਆਵਾਂਗੇ। ਜਿਵੇਂ ਪਿਛਲੀ ਵਾਰੀ 6-6 ਮਹੀਨੇ ਦਾ ਰਾਸ਼ਨ ਦੀਆਂ ਤਿਆਰੀਆਂ ਕਰਵਾਈਆਂ ਸੀ ਪਿੰਡਾਂ 'ਚੋਂ, ਇਸ ਵਾਰ ਕਿੱਦਾਂ ਦੀਆਂ ਤਿਆਰੀਆਂ ਹੋਣ? ਨਹੀਂ, ਤਿਆਰੀ ਸਾਨੂੰ ਉਦੋਂ ਵੀ ਤਕੜੀ ਕਰਕੇ ਦੌੜਨਾ ਪੈਣਾ ਹੈ, ਵੱਧ ਸਮਾਂ ਵੀ ਲੱਗ ਸਕਦਾ। ਦੇਖੋ, ਜਿਹਦੇ ਜਦੋਂ ਸਾਡਾ ਇਤਿਹਾਸ ਵੇਖ ਲਿਆ ਨਾ, ਹੁੰਦਾ ਜਿੱਦਾਂ ਸਰਕਾਰ ਦੁਬਾਰਾ ਇਹੀ ਆ ਗਈ, ਫਿਰ ਤਾਂ ਦੁਬਾਰਾ ਮਤਲਬ ਕਬੱਡੀ ਲੜਾਈ ਹੈ, ਕੁਛ ਵੀ ਹੋ ਸਕਦਾ, ਕੁਛ ਵੀ ਹੋ ਸਕਦਾ। ਅਗਰ ਸਰਕਾਰ ਦੀ ਪਲਟੀ ਵੱਜ ਗਈ ਨਵੀਂ ਆ ਗਈ, ਤਾਂ ਫਿਰ ਸਾਡਾ ਚੋਣ ਮੈਨੀਫੈਸਟੋ 'ਚ ਹਿੱਸਾ ਤਾਂ ਬਣਨਗੀਆਂ ਸਾਡੀਆਂ ਮੰਗਾਂ, ਫਿਰ ਉਹਨਾਂ ਦੇ ਗੱਲ ਵੀ ਪਵਾਂਗੇ ਵੀ ਹੁਣ ਤੁਸੀਂ ਸਾਡਾ ਚੋਣ ਮੈਨੀਫੈਸਟੋ ਸਾਡੇ ਨਾਲ ਵਾਅਦਾ ਕੀਤਾ ਹੈ, ਕਰੋ ਕੀ ਕਰਦੇ ਹੋ। ਤਾਂ ਲੜਾਈ ਮਤਲਬ ਲੰਬੀ ਹੈ। ਜਿਹੜੀ ਫਾਰਮਿੰਗ ਦੀ ਗੱਲ ਹੋਈ ਸੀ, ਮੇਰੇ ਇੱਥੇ ਇੱਕ ਸਵਾਲ ਬਣਦਾ ਸੀ, ਗੱਲ ਲੰਬੀ ਚੌੜੀ ਹੋ ਗਈ। ਫਾਰਮਿੰਗ ਉਹ ਬਣਾਉਣ ਨੂੰ ਤਿਆਰ ਨੇ, ਪਰ ਲੋਕ ਤਾਂ ਸਾਡੇ ਵੀ ਨਹੀਂ ਘੱਟ ਹੈਗੇ। ਪਹਿਲਾਂ ਬਲਦਾਂ ਨਾਲ, ਊਠਾਂ ਨਾਲ ਤੱਕ ਵਾਹੀਆਂ ਹੋ ਜਾਂਦੀਆਂ ਸੀਮਿਤ ਸੀ, ਹੁਣ ਕੀ ਆ, ਟਰੈਕਟਰ ਮਾਰਕੀਟ 'ਚ ਪਿੱਛੋਂ ਆਉਂਦਾ, ਪਹਿਲਾਂ ਲੈ ਲੈਂਦੇ ਆ। ਉਹ ਕੰਪਨੀ ਸਿਆਣੀ ਹੋ ਗਈ, ਉਹਨੂੰ ਪਤਾ ਲੱਗ ਗਿਆ ਵੀ ਇਹਨੇ ਤਾਂ 20 ਲੱਖ ਲਾਤਾ ਕਿਸਾਨ ਨੇ। ਉਹ ਜਿਹੜੇ ਉਹਦੇ ਸੰਦ ਪੈੜਾ, ਉਹ ਓਡਾ ਹੀ ਵੱਡਾ ਤਿਆਰ ਕਰਨ ਲੱਗ ਪਈ, ਨਿੱਕੇ ਟਰੈਕਟਰ ਵੀ ਮਰਨ ਲੱਗ ਗਏ। ਇਹ ਜਿਹੜੀ ਇਹ ਕਮੀ ਆ, ਹੁੰਦੇ ਤਾਂ ਇੱਕ ਦੋ ਪਿੰਡ 'ਚ ਬੰਦੇ ਆ, ਮਾਫ਼ ਕਰਨਾ, ਹੋ ਸਕਦਾ ਆਪਣੇ ਨਾਲ ਹੀ ਸਹਿਮਤ ਹੋਣ, ਕਈ ਵਾਰ ਉਹਦੇ ਦਿਮਾਗ 'ਚ ਕਮੀ ਹੁੰਦੀ ਹੈ। ਜਦੋਂ ਉਹ ਸੰਦ ਪੈੜਾ ਵੱਡਾ ਲੈਣ ਲੱਗ ਗਏ, ਜਦੋਂ ਮਾਰਕੀਟ 'ਚ 25-11, 35-22 ਜਾਂ ਹੋਰ ਜਿੰਨੇ ਟਰੈਕਟਰ ਹੈਗੇ ਉਹਨਾਂ ਦਾ ਸਮਾਨ ਬਣਨੋਂ ਹਟ ਗਿਆ, ਤਾਂ ਫਿਰ ਲੋਕ ਕਿੱਧਰ ਜਾਣਗੇ? ਇਹਦੇ 'ਤੇ ਵੀ ਅਗਰ ਤੁਸੀਂ ਸਵਾਰ ਕੇ ਝਾਤੀ ਮਾਰੋਗੇ ਨਾ, ਲੋਕਾਂ ਨੂੰ ਕੋਈ ਵੀ ਕੰਮ ਆ ਲੋਕ ਨਹੀਂ ਕਰਦੇ ਹੁੰਦੇ, ਲੋਕਾਂ ਤੋਂ ਕਰਵਾਇਆ ਜਾਂਦਾ ਹੁੰਦਾ, ਚਾਹੇ ਉਹ ਹੁੰਦੇ ਤਾਂ ਇੱਕ ਦੋ ਹੀ ਆ ਬੰਦੇ ਪਿੰਡ 'ਚ, ਮਤਲਬ ਧਨਾੜ ਲੋਕ ਲੈ ਆਉਂਦੇ, ਫਿਰ ਰੀਸ ਪੈ ਜਾਂਦੀ ਆ। ਉਹ ਧਨਾੜ ਨਾ ਕਹੋ ਤੁਸੀਂ, ਮੈਂ ਤੁਹਾਨੂੰ ਗੱਲ ਦੱਸਦਾ ਕੀ ਕਾਰਨ ਹੈ। ਧਨਾੜ ਦਾ ਕਿਸਾਨ ਹੈ ਹੀ ਨਹੀਂ ਕੋਈ, ਧਨਾੜ ਵਾਲੇ ਪੱਖ 'ਤੇ ਜੇ ਗੱਲ ਕਰਨੀ ਹੋਵੇ ਨਾ, ਧਨਾੜ ਕਿਸਾਨ ਕੋਈ ਨਹੀਂ, ਕਿਉਂਕਿ ਕਿਸਾਨ ਨੂੰ ਪਰ ਕੁਇੰਟਲ 800 ਤੋਂ ਲੈ ਕੇ 1000 ਰੁਪਈਏ ਕਣਕ ਦੇ ਵਿੱਚ ਘਾਟਾ ਪੈ ਰਿਹਾ ਹੈ, ਅਤੇ ਧਨਾੜ ਕਿੱਥੋਂ ਰਹਿ ਗਿਆ? ਧਨਾੜ ਤੋਂ ਨੂੰ ਵਾਲੀ ਕੋਈ ਗੱਲ ਨਹੀਂ। ਹਾਂ, ਇੰਨਾ ਕੁ ਫਰਕ ਜ਼ਰੂਰ ਹੈ ਕਿ ਛੋਟਾ ਕਿਸਾਨ ਆ, ਉਹਨੂੰ ਕਰਜ਼ਾ ਇੰਨਾ ਉਹਦੇ ਸਿਰ ਚੜ੍ਹ ਗਿਆ, ਉਹਦੀ ਜ਼ਮੀਨ ਉਹਨੂੰ ਹੋਰ ਕਰਜ਼ਾ ਨਹੀਂ ਚੁਕਾ ਰਹੀ, ਉਹਦਾ ਬ੍ਰੇਕ ਲੱਗ ਗਈ ਵਿਚਾਰੇ ਦੀ, ਜਿਹਦੀ ਬ੍ਰੇਕ ਲੱਗ ਗਈ ਲਿਮਿਟ ਵੱਜ ਨੂੰ ਹਟ ਗਈ, ਉਹ ਖੁਦਕੁਸ਼ੀ ਕਰਨ ਲੱਗ ਗਿਆ। ਜਿਹਦੇ ਕੋਲ ਜ਼ਮੀਨ ਜ਼ਿਆਦਾ ਹੈ ਉਹਨੂੰ ਹਜੇ ਆਸ ਹੈ, ਕਰਜ਼ਾ ਮਿਲ ਰਿਹਾ, ਉਹ ਕਰਜ਼ੇ ਨਾਲ ਜਿਉਂ ਰਿਹਾ। ਜਿੰਨਾ ਚਿਰ ਉਹ ਕਰਜ਼ਾ ਉਹਨੂੰ ਮਿਲੂਗਾ, ਉਨਾ ਚਿਰ ਐਂ ਲੱਗੂਗਾ ਵੀ ਧਨਾੜ ਹੈ ਤਾਂ ਮਰ ਨਹੀਂ ਰਿਹਾ। ਤਾਂ ਹਾਲਾਤ ਦੋਨਾਂ ਦੇਖੋ ਨੇ,
ਉਹਦੇ 'ਚ ਕੋਈ ਫਰਕ ਨਹੀਂ। ਜਿਹੜੀ ਤੁਸੀਂ ਗੱਲ ਕੀਤੀ ਸੀ ਨਾ, ਮੈਂ ਜਿਹੜੀ ਗੱਲ ਕਰ ਰਿਹਾ ਸੀ ਕਿ ਤੁਸੀਂ ਕਿਹਾ ਬਈ ਲੋਕ ਵੱਡੇ ਟਰੈਕਟਰ ਲੈਣ ਲੱਗ ਪਏ, ਛੋਟੇ ਤਾਂ ਖਤਮ ਹੀ ਹੋ ਗਏ। ਛੋਟਿਆਂ ਬਾਰੇ ਤੁਸੀਂ ਝਾਤੀ ਮਾਰ ਕੇ ਦੇਖੋ, ਰੋਟਾਵੇਟਰ ਆਇਆ ਪਹਿਲਾਂ, ਉਹ 50 ਹਾਰਸ ਪਾਵਰ ਤੋਂ ਉੱਪਰਲੇ ਟਰੈਕਟਰਾਂ ਦੀ ਖਿੱਚਣਾ ਮਜਬੂਰੀ ਬਣ ਗਈ ਨਾ। ਮਾਰਕੀਟ ਨੇ ਦੇਖ ਕੇ ਦੇਖਿਆ ਨਾ, ਜੇ ਲੋਕ ਨਾ ਖਰੀਦੇ ਹੋ ਸਕਦਾ ਵੀ ਆਸ਼ੇਲਾ ਵੀ ਤਿਆਰ ਹੋ ਜਾਂਦਾ। ਮੈਂ ਦੱਸਦਾ ਨਾ ਉਹਦੇ 'ਚ ਕੀ ਸੀ, ਉਹ ਦਿੱਤਾ ਨਹੀਂ ਹੈ ਮਾਰਕੀਟ ਨੇ, ਨਹੀਂ ਦਿੱਤਾ ਉਹ ਸਰਕਾਰਾਂ ਅਤੇ ਮਾਰਕੀਟ ਇੱਕ ਜੁੰਡਲੀ ਹੈ। ਸਰਕਾਰ ਕੀ ਕਰਦੀ ਹੈ ਕਿ ਅਸੀਂ ਇਸ ਚੀਜ਼ ਦੇ ਉੱਤੇ ਸਬਸਿਡੀ ਦੇਵਾਂਗੇ, ਹਾਲਾਂਕਿ ਸਬਸਿਡੀ ਕਿਸਾਨ ਨੂੰ ਨਹੀਂ ਮਿਲਦੀ, ਉਹ ਸਬਸਿਡੀ ਵੀ ਕੰਪਨੀਆਂ ਨੂੰ ਮਿਲਦੀ ਹੈ। ਮੰਨ ਲਓ 5-7 ਰੋਟਾਵੇਟਰ ਤੇ ਕਹਿ ਲਓ ਤੁਸੀਂ, ਜਾਂ ਸੁਪਰ ਸੀਡਰ ਤੇ ਕਹਿ ਲਓ, ਜਾਂ ਸਬਸਿਡੀ ਦੇਤੀ, ਸਬਸਿਡੀ ਅਨਾਊਂਸ ਕਰਤੀ ਅਤੇ ਇਹ ਕਹਿਤਾ ਕਿ ਅਸੀਂ ਜੀ 50% ਜਾਂ 40% ਸਬਸਿਡੀ ਦੇਵਾਂਗੇ ਜਾਂ 30% ਸਬਸਿਡੀ ਦੇਵਾਂਗੇ। ਹੁਣ ਜਿਹੜਾ ਸੰਦ ਆਮ ਮਾਰਕੀਟ ਦੇ ਵਿੱਚੋਂ 1.5 ਲੱਖ ਦਾ ਤਿਆਰ ਹੁੰਦਾ, ਜਿਹਦੇ 'ਤੇ ਸਬਸਿਡੀ ਵਾਲੀ ਗੱਲ ਆ ਗਈ, ਜਿੰਨੀ ਸਬਸਿਡੀ ਦੇਣੀ ਉਹਨਾਂ ਉਹਦਾ ਰੇਟ ਵੱਧ ਕਰ ਦਿੰਦੇ ਆ, ਔਰ ਉਹ 2.5 ਲੱਖ ਰੇਟ ਕਰਕੇ 1.5 ਲੱਖ ਤੇ ਸਭ ਪੌਣੇ 2 'ਚ ਹੀ ਲੈ ਜਾਣਾ ਲੈ। ਹਾਂ, ਉਹ ਜਿਹੜੀ ਮਤਲਬ ਫਰਮਾਂ ਅਥੋਰਾਈਜ਼ ਕਰਨਾ ਹੈ ਨਾ, ਹੁਣ ਉਹ ਤੋਂ ਉਹਦੇ ਤੋਂ ਸਿੱਧ ਹੁੰਦਾ ਹੈ ਕਿ ਫਰਮਾਂ ਅਥੋਰਾਈਜ਼ ਕਰਨਾ ਉਹ ਇੱਕ ਲੁੱਟ ਦਾ ਰਸਤਾ ਖੋਲਿਆ ਜਾਂਦਾ ਹੈ, ਉਹਨਾਂ ਫਰਮਾਂ ਦੇ ਨਾਲ ਗਿੱਟਮੈਂਟ ਕਰਕੇ ਉਹਨਾਂ ਨਾਲ ਸੌਦੇਬਾਜ਼ੀ ਕੀਤੀ ਜਾਂਦੀ ਹੈ। ਹੁਣ ਉਹ ਜਿਹੜੀਆਂ ਫਰਮਾਂ ਨੇ, ਇਹ ਸਾਰਾ ਢਾਂਚਾ ਜਿਹੜਾ ਹੋ ਰਿਹਾ ਹੈ ਉਹ ਹੋ ਰਿਹਾ ਕਾਰਪੋਰੇਟ ਤੋਂ। ਕਾਰਪੋਰੇਟ ਸਰਕਾਰਾਂ ਕਾਰਪੋਰੇਟ ਦੇ ਸਹਾਰੇ ਚੱਲਦੀਆਂ ਨੇ, ਉਹਨਾਂ ਤੋਂ ਫੈਸਲਾ ਕਰਵਾਇਆ ਜਾਂਦਾ ਹੈ ਕਿ ਤੁਸੀਂ ਆਹ ਜਿਹੜਾ ਸੰਦ ਦੇਣਾ ਹੈ ਇਸ ਸੰਦ ਨੂੰ ਸਬਸਿਡੀ ਦਿਓ ਏਡੇ ਵੱਡੇ ਨੂੰ। ਹੁਣ ਉਹ ਜਦੋਂ ਸਬਸਿਡੀ ਦੇ ਲਾਲਚ ਨੂੰ ਕਿਸਾਨ ਉਹ ਸੰਦ ਬਣਾਉਂਦਾ ਤੇ ਜਦੋਂ ਕਿਸਾਨ ਨੇ ਸੰਦ ਬਣਾ ਕੇ ਪੰਗਾ ਲੈ ਲਿਆ ਫਿਰ ਉਹਦੀ ਮਜਬੂਰੀ ਬਣ ਗਈ ਟਰੈਕਟਰ ਲੈਣਾ, ਟਰੈਕਟਰ ਛੋਟਾ ਚੱਲ ਨਹੀਂ ਰਿਹਾ ਉਹਨੂੰ। ਇਹ ਕਿਸਾਨ ਨਹੀਂ ਲੈ ਰਿਹਾ, ਕਿਸਾਨ ਨੂੰ ਤਾਂ ਫਸਾਇਆ ਜਾ ਰਿਹਾ। ਅਗਰ ਤੁਸੀਂ ਪਿੱਛੇ ਝਾਤੀ ਮਾਰੋਗੇ ਨਾ, ਉਹ 60-65 ਸਾਲ ਪਿੱਛੇ ਚੱਲਿਓ। ਪਰ ਇਸ ਜਾਲ ਚੋਂ ਨਿਕਲ ਸਕਦੇ ਹਾਂ ਅਸੀਂ? ਨਹੀਂ, ਬਹੁਤ ਸਿਆਣੇ ਹੋ ਕੇ ਜੱਟਾਂ ਨੂੰ ਨਿਕਲਣਾ ਪਊਗਾ, ਐਂ ਨਹੀਂ ਨਿਕਲੇ ਜਾਣਾ, ਕਿਉਂਕਿ ਇੱਕ ਜਾਲ ਬਣਿਆ ਗਿਆ। ਕਿਸਾਨ ਨੂੰ ਇਹ ਧਿਆਨ ਲਿਆਉਣਾ ਪਊਗਾ ਕਿ ਮੈਂ ਜਿਹੜੀ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਸੀ ਕਿ 60-65 ਸਾਲ ਪਹਿਲਾਂ ਕਿਸਾਨ ਔਰਗੈਨਿਕ ਖੇਤੀ ਕਰਦੇ ਸੀ ਨਾ। ਬਿਲਕੁਲ, ਉਸ ਔਰਗੈਨਿਕ ਖੇਤੀ ਤੋਂ ਕਿਸਾਨ ਨੂੰ ਪੱਟਿਆ ਕਿਹਨੇ? ਸਾਡੇ ਪਿੰਡਾਂ 'ਚ ਗ੍ਰਾਮ ਸੇਵਕ ਆਏ, ਫਰੀ ਆਫ ਕੋਸਟ ਲੋਕਾਂ ਨੂੰ ਖਾਦ ਦਿੱਤੀ ਵੀ ਆਹ ਖਾਦ ਪਾਓ, ਲੋਕਾਂ ਨੂੰ ਖਾਦ ਪਾਈ, ਲੋਕਾਂ ਨੇ ਖਾਦ ਪਾਈ, ਥੋੜ੍ਹੀ ਥੋੜ੍ਹੀ ਪਾਉਂਦੇ ਰਹੇ, ਲੋਕਾਂ ਨੂੰ ਗੇਜ ਪਾਈ ਗਈ, ਉਸ ਗੇਜ ਤੋਂ ਹੌਲੀ ਹੌਲੀ ਲੋਕ ਵੱਧਦੇ 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 ਉਹਦਾ ਵੱਡਾ ਕੰਮ ਬਰੋਡ ਕੰਮ ਹੋ ਗਿਆ। ਔਰ ਉਹ ਅੱਜ ਕਿਸਾਨ ਨੂੰ ਮਤਲਬ ਲੁੱਟ ਦਾ ਸਾਧਨ ਬਣੀ ਹੋਈ, ਅੱਗੇ ਖਾਦ ਪਾਈ, ਖਾਦ ਤੋਂ ਬਾਅਦ ਉਹਦੇ 'ਤੇ ਕੀੜਾ ਵਧਿਆ, ਕੀੜਾ ਵਧਣ ਤੋਂ ਬਾਅਦ ਸਪਰੇਹਾਂ ਆਈਆਂ, ਸਪਰੇਹਾਂ ਵੀ ਸਬਸਿਡੀ 'ਤੇ ਦਿੱਤੀਆਂ ਗਈਆਂ, ਹੈ ਨਾ। ਬਿਲਕੁਲ, ਔਰ ਸਬਸਿਡੀ 'ਤੇ ਦਿੱਤੀਆਂ ਜਾਣ ਵਾਲੀਆਂ ਸਪਰੇਹਾਂ ਕੁਝ ਸਿਰ ਤਾਂ ਸਬਸਿਡੀ 'ਤੇ ਦਿੱਤੀਆਂ। ਉਸ ਤੋਂ ਬਾਅਦ ਤੁਸੀਂ ਆਪ ਖੁਦ ਜਾ ਕੇ ਮਾਰਕੀਟ ਦੇ ਚੈੱਕ ਕਰ ਲਿਓ ਕਿ 1 ਲੀਟਰ ਦਵਾਈ ਦਾ ਜਿਹੜਾ ਮਾਰਕੀਟ ਦੇ ਵਿੱਚੋਂ ਤੁਹਾਨੂੰ ਮਤਲਬ 240 ਦਾ ਜਾਂ 250 ਦਾ ਮਿਲ ਜਾਣਾ, ਔਰ ਉਹਦੇ 'ਤੇ ਉਹਦਾ ਰੇਟ ਜਿਹੜਾ ਪ੍ਰਿੰਟ ਹੈ ਉਹ ਚੈੱਕ ਕਰਿਓ, ਉਹਦਾ ਪ੍ਰਿੰਟ ਰੇਟ ਘੱਟੋ ਘੱਟ 750 ਹੋਊਗਾ, ਚੀਜ਼ ਤੁਹਾਨੂੰ 240 ਦੀ 250 ਦੀ ਮਿਲ ਰਹੀ ਹੈ। ਜਿਹੜਾ ਇਹ ਫਰਕ ਹੈ ਇਹ ਕਿਉਂ ਹੈ? ਸਰਕਾਰਾਂ ਇਹ ਤਾਂ ਕੁਛ ਕਿਉਂ ਨਹੀਂ ਲਾਉਂਦੀਆਂ? ਇਹ ਲੁੱਟ ਕਰਾਉਣ ਵਾਸਤੇ ਹੈ ਨਾ ਲੋਕਾਂ ਦੀ। ਸੋ ਲੁੱਟ ਕਰਾਉਣ ਵਾਸਤੇ, ਕਿਸਾਨਾਂ ਨੂੰ ਲੁੱਟਣ ਵਾਸਤੇ ਸਾਜ਼ਿਸ਼, ਖਾਦ ਤੁਹਾਡੇ ਘਰ ਆ ਕੇ ਫਰੀ ਆਫ ਕੋਸਟ ਦੇ ਕੇ ਤੁਹਾਡੀ ਲੁੱਟ ਦਾ ਦਰਵਾਜ਼ਾ ਖੋਲ੍ਹਿਆ ਗਿਆ। ਉਹੀ ਅਮਨਤ ਹੁਣ ਸਬਸਿਡੀ ਦਾ ਲਾਲਚ ਦੇ ਕੇ ਤੁਹਾਡੇ ਵੱਡੇ ਸੰਦ ਬਣਵਾ ਕੇ ਅਤੇ ਤੁਹਾਡੇ ਟਰੈਕਟਰ ਵੱਡੇ ਮੰਗਵਾਏ ਜਾ ਰਹੇ ਨੇ, ਕੰਪਨੀਆਂ ਦੇ ਇਸ਼ਾਰੇ 'ਤੇ ਸਾਰਾ ਕੁਛ ਹੋ ਰਿਹਾ ਜੀ। ਹੁਣ ਤਿਆਰੀ ਹੈ ਪੂਰੀ?
13 ਨੂੰ ਅਸੀਂ ਕੁਛ ਕਰਾਂਗੇ, ਸਾਡੀ ਮਤਲਬ ਕੋਸ਼ਿਸ਼ ਹੈ ਹਰੇਕ ਜ਼ਿਲ੍ਹੇ ਤੋਂ। ਹਾਂ ਹਰੇਕ ਜ਼ਿਲ੍ਹੇ ਤੋਂ ਕੀ, ਅਸੀਂ ਹਰੇਕ ਪਿੰਡ ਤੋਂ, ਹਰੇਕ ਪਿੰਡ ਤੋਂ ਸਾਡੀ ਕੋਸ਼ਿਸ਼ ਹੈ ਕਿ ਜਿੰਨੇ ਟਰੈਕਟਰ ਪਿਛਲੀ ਵਾਰੀ ਗਏ ਹੈ ਕਿਸੇ ਵੀ ਪਿੰਡ ਤੋਂ, ਉਦੋਂ ਘੱਟੋ ਘੱਟ 3 ਗੁਣਾ ਟਰੈਕਟਰ ਨਿਕਲਣਾ, 3 ਗੁਣਾ ਲੋਕ ਨਿਕਲਣਾ, ਤਾਂ ਕਿ ਅਸੀਂ ਮਤਲਬ ਸਰਕਾਰ ਨੂੰ ਚੁਕੰਨਾ ਕਰੀਏ, ਪਿੰਡਾਂ ਚੋਂ ਤਕੜੇ ਹੋ ਕੇ ਨਿਕਲ। ਵਾਇਆ ਕਿਹੜਾ ਹੋਊਗਾ ਦਿੱਲੀ ਜਾਣ ਲਈ, ਇੱਕ ਹੀ ਰਹੂਗਾ ਰਸਤਾ? ਨਹੀਂ, ਵਾਇਆ ਇਹ ਅਸੀਂ ਮੌਕੇ ਤੇ ਦੇਖਾਂਗੇ, ਕਿਉਂਕਿ ਕਾਰਨ ਇਹ ਹੈ ਨਾ, ਜੇ ਸਰਕਾਰ ਦਾ ਵੇਖਾਂਗੇ ਸਰਕਾਰ ਦਾ ਕੀ ਰੋਗ ਹੈ, ਸਰਕਾਰ ਕਿੱਥੋਂ ਸਾਡੇ ਨਾਲ ਪੰਗਾ ਲੈਂਦੀ ਹੈ, ਅਸੀਂ ਕਿੱਥੋਂ ਦੀ ਲੰਘਣਾ ਹੈ, ਅਸੀਂ ਉਹ ਸਾਰੇ ਕੁਛ ਮੌਕੇ ਮੁਤਾਬਕ ਰਣਨੀਤੀ ਤਿਆਰ ਹੁੰਦੀ ਜਾਊਗੀ ਜੀ। ਔਰ ਇਹਦਾ ਇਹ ਕਲੀਅਰ ਹੈ ਕਿ ਅਸੀਂ 13 ਨੂੰ ਕੂਚ ਕਰਨਾ ਹੈ ਜਾਣਾ। ਹਾਂ, 12 ਨੂੰ ਅਸੀਂ ਬਾਹਰ ਨਿਕਲ ਆਵਾਂਗੇ ਆਪਦੇ ਆਪਦੇ, ਮਤਲਬ ਕਿਸੇ ਮੁਕਤਸਰ ਕਿੱਥੇ ਇਕੱਠਾ ਹੁੰਦਾ, ਫਰੀਦਕੋਟ ਕਿੱਥੇ ਇਕੱਠਾ ਹੁੰਦਾ, ਔਰ ਇੱਕ ਜਗ੍ਹਾ 'ਤੇ ਇਕੱਠੇ ਹੋ ਕੇ 13 ਨੂੰ ਸੁਬਾਹ ਮਤਲਬ ਅਸੀਂ ਚਾਲੇ ਪਾ ਦਿੰਦੇ, ਚਾਲੇ ਪਾਓ ਜੀ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਮਿਹਰਬਾਨੀ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ।